ਸੁਰੱਖਿਆ ਇਹਨਾਂ ਨੇ ਸਾਨੂੰ ਦੇਣੀ ਸੀ, ਅਸੀਂ ਜਾਂਦੇ ਕਿੰਨਾ ਰੈਵਨਿਊ ਦਿੰਦੇ ਹਾਂ। ਸਾਡੇ ਪੈਸਿਆਂ ਨਾਲ ਹਰਿਆਣੇ ਦੇ ਵਿੱਚ ਮਹਿਲ ਬਣ ਗਏ ਆ ਹੋਟਲਾਂ ਦੇ। ਐਂ ਵੀ ਅਸੀਂ 6000 ਸਾਡੀ ਗੱਡੀ ਰੋਜ਼ ਜਾਂਦੀ ਹੈ ਪੰਜਾਬ ਤੋਂ ਦਿੱਲੀ ਨੂੰ, ਅਤੇ ਪੰਜਾਬ ਦੇ ਜਿਹੜੇ ਏਅਰਪੋਰਟ ਹੈ ਮੋਹਾਲੀ ਹੈ ਅੰਮ੍ਰਿਤਸਰ ਹੈ, ਇਹ ਕਿਉਂ ਨਹੀਂ ਡਿਵੈਲਪ ਹੁੰਦੇ? ਕੀ ਜਿਹੜੇ ਬੰਦੇ ਚਹੇਤੇ ਆ ਪ੍ਰਧਾਨ ਮੰਤਰੀ ਦੇ, ਕੀ ਉਹਨਾਂ ਨੂੰ ਠੇਕਾ ਦੇ ਕੇ ਉਹਦਾ ਢਿੱਡ ਭਰੂਗਾ? ਨਾ ਤਾਂ ਉਹ ਲੜੇ ਜਿੱਥੇ ਪਾਣੀਆਂ ਦਾ ਲੜਨਾ, ਅਤੇ ਉੱਥੇ ਅੰਮ੍ਰਿਤਸਰ ਏਅਰਪੋਰਟ ਨੂੰ ਅਤੇ ਚੰਡੀਗੜ੍ਹ ਏਅਰਪੋਰਟ ਨੂੰ ਡਿਵੈਲਪ ਕਰਨ ਵਾਸਤੇ ਸਾਡੀ ਲੜਾਈ ਇਹ ਹੋਵੇ, ਜਾਂ ਤੁਸੀਂ ਟੈਕਸ ਜ਼ਿਆਦਾ ਪੈਂਦੇ ਦਫਾ ਹੋਵੇ, ਮੌਤ ਨਾਲ ਤੋਂ ਜ਼ਿਆਦਾ ਟਿਕਟ ਮਹਿੰਗੀ ਲਈ ਚੰਗੀ ਆ, ਦਿੱਲੀ ਨਾ ਕੋਈ ਚੜ੍ਹੇ। ਹਾਂਜੀ 250 ਦਾ ਇੱਕ ਬਜ਼ੁਰਗ ਜੋੜਾ ਜਦੋਂ ਦਿੱਲੀ ਏਅਰਪੋਰਟ ਤੋਂ ਵਾਪਸ ਆ ਰਿਹਾ ਸੀ, ਕਿਸ ਤਰ੍ਹਾਂ ਡਾਕੂਆਂ ਨੇ ਲੁਟੇਰਿਆਂ ਨੇ ਉਹਨਾਂ 'ਤੇ ਹਮਲਾ ਕੀਤਾ, ਕਿਸ ਤਰ੍ਹਾਂ ਉਹਨਾਂ ਨੇ ਜਾਨ ਬਚਾਈ, ਦੋਸਤੋ ਕਿਆ ਲਹਿੰਦੇ ਪੰਜਾਬ ਦੇ, ਚੜ੍ਹਦੇ ਪੰਜਾਬ ਦੇ ਜਿੰਨੇ ਵੀ ਪੰਜਾਬੀ ਨੇ ਇਸ ਤਰ੍ਹਾਂ ਦੀਆਂ ਮੁਸੀਬਤਾਂ 'ਚੋਂ ਗੁਜ਼ਰਦੇ ਰਹਿਣਗੇ। ਅਗਰ ਲਹਿੰਦੇ ਪੰਜਾਬ ਦੀ ਗੱਲ ਕਰੀਏ ਤਾਂ ਕਰਾਚੀ ਤੋਂ ਵਾਪਸ ਆਉਂਦਿਆਂ ਹੋਇਆਂ ਪੰਜਾਬੀਆਂ ਨੂੰ ਲੁੱਟ ਲਿਆ ਜਾਂਦਾ, ਅਤੇ ਚੜ੍ਹਦੇ ਪੰਜਾਬ ਦੀ ਗੱਲ ਕਰੋ ਤਾਂ ਦਿੱਲੀ ਏਅਰਪੋਰਟ ਹੋਵੇ, ਮੋਹਾਲੀ ਏਅਰਪੋਰਟ ਹੋਵੇ, ਜਾਂ ਕੋਈ ਹੋਰ ਏਅਰਪੋਰਟ ਹੋਵੇ, ਜਦੋਂ ਵੀ ਉੱਥੋਂ ਲੋਕ ਆਪਣੇ ਪਿਆਰਿਆਂ ਨੂੰ ਵਾਪਸ ਲੈ ਕੇ ਆਉਂਦੇ ਨੇ ਅਤੇ ਉਹਨਾਂ ਨੂੰ ਲੁੱਟ ਲਿਆ ਜਾਂਦਾ। ਅੱਜ ਇੱਕ ਪੰਜਾਬ ਦੇ ਬਜ਼ੁਰਗ ਜੋੜੇ ਦੀ ਕਿਸ ਤਰ੍ਹਾਂ ਜਾਨ ਬਚੀ, ਕਿਸ ਤਰ੍ਹਾਂ ਡਾਕੂਆਂ ਨੇ ਹਮਲਾ ਕੀਤਾ, ਇਸ ਪੂਰੀ ਵੀਡੀਓ 'ਚ ਦੇਖਦੇ ਹਾਂ। ਐਂਡ 'ਤੇ ਆਪਾਂ ਤਸੱਲੀ ਦੇ ਨਾਲ ਡਿਸਕਸ਼ਨ ਕਰਾਂਗੇ ਕਿ ਇਹਦਾ ਕੋਈ ਹੱਲ ਵੀ ਹੋਣਾ ਚਾਹੀਦਾ ਕਿ ਨਹੀਂ। ਮੌਤ ਨਾਲ ਤੋਂ ਜ਼ਿਆਦਾ ਟਿਕਟ ਮਹਿੰਗੀ ਲਈ ਚੰਗੀ ਆ, ਦਿੱਲੀ ਨਾ ਕੋਈ ਚੜ੍ਹੇ। ਸਾਨੂੰ ਇਹ ਮੌਤ ਦਿੰਦੀ ਸੀ ਵੀ ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਸਾਡੇ ਨਾਲ ਵਾਪਰਨੀ ਵਾਪਰਨੀ ਹੈ। ਉਹਨੇ ਇੱਕ ਤਾਂ ਉਹਦੇ ਇੱਧਰ ਮਾਰਿਆ ਬੱਸ ਵਾਲਾ ਡਰਾਈਵਰ ਦੇ ਉੱਤੇ ਸ਼ੀਸ਼ੇ। ਮੈਂ ਨਹੀਂ ਉਹ ਵੀ ਸਾਨੂੰ ਜਦੋਂ ਉਹ ਟਾਈਮ ਪੁੱਤ ਮੈਨੂੰ ਤਾਂ ਯਾਦ ਆਉਂਦਾ, ਮੇਰੀਆਂ ਅੱਖਾਂ ਅੱਗੇ ਨਹੀਂ ਰਾਹ ਆ। ਉਹਨਾਂ ਨੇ ਤਾਂ ਐਂ ਸੋਚ ਲਿਆ ਵੀ ਇਹ ਪਤਾ ਨਹੀਂ ਕੀ, ਇਹਨਾਂ ਨੂੰ ਤਾਂ ਅਸੀਂ ਅੱਜ ਮਾਰ ਕੇ ਹੀ ਸਾਹ ਲਾਉਂਦੇ। ਜਦੋਂ ਇਹਨਾਂ ਨੇ ਸਾਡੇ ਕੋਲ ਮਾਰੀਆਂ ਨਾ ਬ੍ਰੇਕਾਂ, ਅਤੇ ਜਿਵੇਂ ਚੀਂਗਾੜਾਂ ਨਿਕਲਦੀਆਂ ਹੁੰਦੀਆਂ, ਐਂ ਨਿਕਲਿਆ, ਅਸੀਂ ਆਖਿਆ ਫੇਰ ਆ ਗਏ। ਫੇਰ ਆ ਕੇ ਅਸੀਂ ਦੋ ਦਾ ਵੈਸੇ ਖਾਈ ਮਰਨਾ, ਉਹ ਬਾਥਰੂਮ ਦੇ ਵਿੱਚ ਵੜ ਜਾਈਏ ਅਸੀਂ ਦੋਵੇਂ ਜੀ। ਪਹਿਲਾਂ ਅਸੀਂ ਬਾਥਰੂਮ ਦੇ ਵਿੱਚ ਜਾ ਕੇ ਬਾਹਰ ਕਰ ਗਿਆ। ਜਿਹੜਾ ਪੰਜਾਬ ਦਾ ਜਾਵੇ ਪਾਣੀ ਲੈ ਕੇ ਜਾਓ, ਚਾਹ ਘਰੋਂ ਲੈ ਕੇ ਜਾਓ, ਇੱਥੇ ਚੱਕ ਕੇ ਚੱਕੋ ਨਾ ਇਹਨਾਂ ਵੱਲੀ, ਸੁਰੱਖਿਆ ਹੀ ਨਹੀਂ ਦੇਣੀ ਅਤੇ ਜਾਓ ਦਿਨੇ ਦਿਨੇ। ਜਿਵੇਂ ਇਹਦੇ ਹੁੰਦੇ ਆ ਡਰਾਈਵਰ ਦੀ, ਮੈਨੂੰ ਲੱਗਦਾ ਵੀ ਬਹਾਦਰੀ ਨਾਲ ਜਾਂ ਸਿਆਣਪ ਨਾਲ ਹੀ ਅਸੀਂ ਬਚ ਗਏ। ਰੋਹਤਕ ਤੋਂ ਲੈ ਕੇ ਫਾਲਕਾ ਦੱਬ ਵਾਲੀ ਤੀਕਰ ਉਹ ਸਾਰਾ ਟਰੈਕ ਖਾਲੀ ਪਿਆ, ਨੈਸ਼ਨਲ ਹਾਈਵੇ ਦਾ। ਜਿਹੜੀ ਸੁਰੱਖਿਆ ਇਹਨਾਂ ਨੇ ਸਾਨੂੰ ਦੇਣੀ ਸੀ, ਅਸੀਂ ਜਾਂਦੇ ਕਿੰਨਾ ਰੈਵਨਿਊ ਦਿੰਦੇ ਹਾਂ। ਸਹੀ ਗੱਲ, ਲੋਕ ਵਾਈ ਟੀ ਵੀ ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਨੇ ਚਰਚਾ ਛੇੜੀ ਹੋਈ ਹੈ। ਪੋਸਟ ਹੈ ਕਿ ਦਿੱਲੀ ਏਅਰਪੋਰਟ ਤੋਂ ਆਉਂਦਿਆਂ ਦੇ ਪੰਜਾਬ ਦੇ ਬਜ਼ੁਰਗ ਜੋੜੇ ਨੂੰ ਇੱਕ ਲੁਟੇਰੇ ਪੈ ਗਏ। ਡਰਾਈਵਰ ਦੀ ਸੂਝਬੂਝ ਨਾ, ਬਜ਼ੁਰਗਾਂ ਦੀ ਦਲੇਰੀ ਨਾ ਬਚ ਤਾਂ ਗਏ, ਪਰ ਜਿਹੜੀਆਂ ਘਟਨਾਵਾਂ ਉਸ ਰਾਹ 'ਤੇ ਹੋਈਆਂ ਉਹ ਦਿਲ ਦਹਿਲਾਉਣ ਵਾਲੀਆਂ ਸੀ। ਉਹ ਗੱਲਬਾਤ ਕਰਨ ਲਈ ਪਹੁੰਚੇ ਹਾਂ। ਬਜ਼ੁਰਗ ਦਾ ਨਾਮ ਮਾਸਟਰ ਬੂਟਾ ਸਿੰਘ ਨੇ, ਉਹਨਾਂ ਦੇ ਘਰੋਂ ਨੇ। ਆਂਟੀ ਜੀ, ਤਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ ਆਉਂਦਿਆਂ ਨੂੰ। ਚੈਨਲ ਦਾ ਤੁਹਾਡੇ ਦਾ ਬਹੁਤ ਧੰਨਵਾਦੀ ਹਾਂ। ਇੱਕ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਸ਼ਰੀਕ ਹੋਇਆ, ਅਤੇ ਪੰਜਾਬ ਦੇ ਨੌਜਵਾਨ ਦੁਨੀਆਂ ਦੇ ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ ਇੱਕ ਸੁਨੇਹਾ ਦੇਣ ਵਾਸਤੇ ਵੀ ਆਉਣ ਵਾਲੇ ਸਮਾਂ ਬੜਾ ਭਿਆਨਕ ਹੈ। ਜੇ ਤੁਸੀਂ ਸੁਚੇਤ ਨਾ ਹੋਵੋਗੇ ਤਾਂ ਜਿਵੇਂ ਅਸੀਂ ਸੜਕ 'ਤੇ ਰੁਲਣਾ ਸੀ, ਸ਼ਾਇਦ ਤੁਹਾਡੇ ਨਾਲ ਉਹ ਭਾਣਾ ਵਾਪਰਦਾ। ਅੰਕਲ, ਏਅਰਪੋਰਟ ਤੋਂ ਨਿਕਲਦੇ ਹੋ, ਬਿਲਕੁਲ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹ ਸਾਰੀ? ਸ਼ੁਰੂਆਤ ਪੁੱਤ ਇਹ ਹੈ ਵੀ ਜਹਾਜ਼ ਥੋੜ੍ਹਾ ਲੇਟ ਹੋ ਗਿਆ ਸੀ, 12 ਵਜੇ ਦੇ ਆਸੇ ਪਾਸੇ ਜਹਾਜ਼ ਨੇ ਲੈਣ ਕੀਤਾ। 12:24 'ਤੇ ਬਿਲਕੁਲ ਬ੍ਰਿਸਬੇਨ ਤੋਂ ਆਏ ਹੈ। ਮਿਸਿਸ ਨੂੰ ਮੈਂ ਲੈਣ ਗਿਆ ਸੀਗਾ, ਕਮਪ੍ਰੀਤ ਕੋਲ ਆਏ, ਮੇਰਾ ਬੇਟਾ ਬਾਹਰ ਬ੍ਰਿਸਬੇਨ ਹੈ। ਜਦੋਂ ਇਹ ਆਏ ਹੈ 12:24 'ਤੇ ਲੈਣ ਕੀਤਾ, 1:15 ਵਜੇ ਅਸੀਂ ਏਅਰਪੋਰਟ ਤੋਂ ਬਾਹਰ ਆ ਗਏ ਹਾਂ, ਅਤੇ 2:15 ਵਜੇ ਪੂਰੇ ਅਸੀਂ
ਜਿਹੜੀ ਹਵੇਲੀ ਹੈ, ਢਾਬਾ ਹੈ, ਰੈਸਟੋਰੈਂਟ ਹੈ ਮੰਨਤ ਦਾ, ਉਹਦੇ ਵਿੱਚ ਵੜ ਗਿਆ ਅਸੀਂ ਟਾਈਮ ਵੇਖ ਕੇ, ਇਹ ਮੈਨੂੰ ਕਨਫਰਮ ਹੈ। ਅਸੀਂ ਵੇਖਿਆ, ਅਸੀਂ ਆਖਿਆ ਲਾ ਵੀ ਘੰਟਾ ਲੱਗ ਗਿਆ ਆਪਾਂ ਨੂੰ ਏਅਰਪੋਰਟ ਤੋਂ ਇੱਥੇ ਆਉਂਦਿਆਂ ਨੂੰ। ਇੱਥੇ ਆ ਕੇ ਅਸੀਂ ਚਾਹ ਪਾਣੀ ਪੀਤਾ, ਲੰਮਾ ਸਫ਼ਰ ਸੀ, ਪਾਣੀ ਪੀਤਾ, ਥੋੜ੍ਹਾ ਬਹੁਤਾ ਖਾਧਾ ਪੀਤਾ। ਵੀ ਸਾਡੇ ਨਾਲ ਇੱਕ ਬੰਦੇ ਮੁੰਡੇ ਨੌਜਵਾਨ ਹੋਰ ਬੈਠੇ ਆ, ਬਾਅਦ ਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਉਹਨਾਂ ਦੀ ਕੀ ਨਿਗਾਹ ਕਿਵੇਂ ਹੈ। ਪਰ ਉਸ ਟਾਈਮ 'ਤੇ ਅਸੀਂ ਰੂਟੀਨ ਵਿੱਚ ਕੋਈ ਐਡਾ ਲੰਮਾ ਚੌੜਾ ਰਸ਼ ਨਹੀਂ ਸੀ, ਉਹ ਹੀ ਬੈਠੇ ਸੀਗੇ। ਕੋਈ ਸ਼ਾਇਦ ਅੱਧਾ ਇੱਕ ਹੋਰ ਹੋਵੇ। ਅਸੀਂ, ਮੈਂ ਸੀ, ਮਿਸਿਸ ਸੀ ਅਤੇ ਇੱਕ ਦਵਿੰਦਰ ਸਿੰਘ ਸੀ, ਮਲੋਟ ਕੋਲ ਪਿੰਡ ਆ ਬੁਰਜਾ, ਉਹ ਵੀ ਮੇਰੇ ਬੇਟੇ ਕੋਲ ਆਇਆ ਸੀ। ਉਹਨਾਂ ਨੇ ਆਖਦਾ ਸੀਗਾ ਵੀ ਡੈਡੀ ਇਹ ਬਾਈਕ ਇਕੱਲਾ, ਇਹ ਕਿੱਧਰ ਜਾਊਗਾ, ਤੁਹਾਡੇ ਸਾਥ ਨਾਲ ਤੁਸੀਂ ਵੀ ਜਾਣਾ, ਇਹ ਵੀ ਜਾਂਦਾ ਰਹੂਗਾ, ਇਹਦੇ ਵਾਸਤੇ ਇਕੱਲਾ ਪਰਿਵਾਰ ਔਖ ਹੋ ਗਿਆ। ਮੈਂ ਕੋਈ ਗੱਲ ਨਹੀਂ ਪੁੱਤ, ਜਿੱਥੇ ਦੋ ਜਣੇ ਬਹਿਣੇ ਸੀ ਤਿੰਨ ਜਣੇ, ਸਾਨੂੰ ਕੀ ਹੈ। ਮੁੰਡਾ ਜਿਹੜਾ ਡਰਾਈਵਰ ਹੈ ਉਹ ਦਿੱਲੀ ਤੋਂ ਪੰਜਾਬ ਮੋਹਾਲੀ ਅਤੇ ਚੰਡੀਗੜ੍ਹ ਜਾਂਦਾ ਹੈ, ਮੁੰਡਾ ਲਖਵਿੰਦਰ ਗਰੇਵਾਲ ਇਸ ਪਿੰਡ ਦਾ, ਸਾਡਾ ਭਤੀਜਾ ਹੈ, ਮੁੰਡਾ ਐਕਸਪਰਟ ਸੀ। ਅਸੀਂ ਨਹੀਂ, ਸਾਡੇ ਲੋਕ ਵੀ ਜਿਹੜੇ ਆਸੇ ਪਾਸੇ ਆ ਉਹ ਮੁੰਡੇ ਨੂੰ ਵੀ ਪਹਿਲ ਦਿੰਦੇ ਹਾਂ ਵੀ ਲਖਵਿੰਦਰ ਕੋਲ ਨਾ ਟਾਈਮ ਹੋਵੇ ਤਾਂ ਅਸੀਂ ਦੂਜੇ ਨੂੰ ਦਿੰਦੇ ਹਾਂ, ਨਹੀਂ ਤਾਂ ਅਸੀਂ ਮੋਸਟਲੀ ਉਸ ਬੱਚੇ ਨੂੰ ਲੈ ਕੇ ਜਾਂਦੇ ਹਾਂ। ਠੀਕ ਹੈ ਜੀ। ਅੱਛਾ, ਜਦੋਂ ਮਤਲਬ ਤੁਸੀਂ ਉੱਥੋਂ ਰੋਟੀ ਖਾ ਲੈਂਦੇ ਹੋ ਜਾਂ ਜੋ ਵੀ ਕੁਛ ਖਾ ਕੇ, ਉੱਥੋਂ ਨਿਕਲਦੇ ਹੋ, ਨਿਕਲਣ ਤੋਂ ਹੀ ਸ਼ੁਰੂਆਤ ਹੋ ਜਾਂਦੀ ਹੈ ਫਿਰ? ਨਿਕਲ ਤਾਂ 10-15-20 ਮਿੰਟ, ਤੇਰੀ ਆਂਟੀ ਤੋਂ ਪੁੱਛ ਲਾ, ਇਹਨੂੰ ਵੀ ਥੋੜ੍ਹਾ ਜ਼ਿਆਦਾ ਪਤਾ ਲੱਗ ਜਾਊ, ਮੈਂ ਦੱਸ ਦਿੰਦਾ ਵੀ 15 ਮਿੰਟਾਂ ਬਾਅਦ ਅਸੀਂ ਉੱਥੋਂ, 20 ਮਿੰਟਾਂ ਬਾਅਦ ਸਾਡੇ ਇੱਕ ਕਾਰ ਆਉਂਦੀ ਪਿੱਛੋਂ, ਬੜੀਆਂ ਲਾਈਟਾਂ ਤੇਜ਼ ਆਉਂਦੀਆਂ, ਬਿਲਕੁਲ ਵਾਈਟ ਲਾਈਟਾਂ ਹੁੰਦੀਆਂ ਜਿਵੇਂ ਮਰਕਰੀ ਬੱਲਬ ਹੁੰਦਾ ਨਾ, ਚੀਰਦੀਆਂ ਜਾਂਦੀਆਂ। 15-20 ਮਿੰਟਾਂ ਬਾਅਦ ਆ ਕੇ ਇੱਕਦਮ ਅੱਗੇ ਹੋ ਕੇ ਬ੍ਰੇਕ ਮਾਰਦੇ ਆ, ਅਤੇ ਇਹਨੂੰ ਥੋੜ੍ਹਾ ਜਿਹਾ ਸੀ ਵੀ ਸਫ਼ਰ 'ਚ ਆਈ ਸੀ, ਨੀਂਦ ਦੇ ਝਾਕਾਂ ਹੁੰਦਾ, ਇੱਕਦਮ ਖੁੱਲ੍ਹੇ, ਇਹ ਕਹਿੰਦਾ ਕੀ ਹੋ ਗਿਆ, ਆਪਣਾ ਕੀ ਹੋ ਗਿਆ। ਅਸੀਂ ਉਹ ਮੁੰਡੇ ਨੂੰ ਆਖਿਆ ਵੀ ਕੀ ਆ, ਕਹਿੰਦਾ ਨਹੀਂ ਤੁਸੀਂ ਸੁਚੇਤ ਰਹੋ। ਪਰ ਇਹਨੇ ਉਹ ਖੱਬੇ ਪਾਸੇ ਕੱਢ ਲਈ, ਖੱਬੇ ਤੋਂ ਕਦੇ ਕੱਢ ਲਿਆ, ਉਹਨਾਂ ਨੇ ਜਦੋਂ ਪਿੱਛੇ ਰਹਿ ਗਏ ਤਾਂ ਫਿਰ ਉਹਨਾਂ ਨੇ ਕੀਤੀ। ਅਸੀਂ ਝੱਕ ਲੱਗ ਪਏ ਵੀ ਪਿੱਛੋਂ ਵੀ ਹੁਣ ਵੀ ਆਉਂਦੇ ਆ ਜਾਂ ਨਹੀਂ ਆਉਂਦੇ। ਜਦੋਂ ਸਾਨੂੰ ਉਹ ਲਾਈਟਾਂ ਹੋਰ ਕਿਸੇ ਦੀਆਂ ਸੀ, ਉਹਨਾਂ ਦੀਆਂ ਗੱਡੀ ਦੀਆਂ ਬਿਲਕੁਲ ਵਾਈਟ ਸਾਨੂੰ ਦੂਰੋਂ ਆਉਂਦੀਆਂ ਦਿਸ ਜਾਣ, ਅਸੀਂ ਉਹ ਦੱਸਦੇ ਹਾਂ ਵੀ ਲਖਵਿੰਦਰ ਪੋਤੋ ਆ ਗਏ, ਉਹ ਆ ਗਏ। ਉਹ ਕਦੇ ਸੱਜੇ ਪਾਸੇ ਹੋਣ, ਕਦੇ ਖੱਬੇ ਪਾਸੇ ਹੋਣ, ਕਦੇ ਬ੍ਰੇਕ ਮਾਰਨ, ਅਸੀਂ ਲਈ ਤੂ ਦੇ। ਕਦੇ ਇੱਕ ਨੋਵਾ ਘਰ ਆ ਗਈ, ਨੋਵਾ ਦੇ ਨਾਲ ਸਾਨੂੰ ਆਸਰਾ ਮਿਲ ਗਿਆ, ਨੋਵਾ ਦੇ ਨਾਲ ਉਹਨਾਂ ਨੇ ਨੋਵਾ ਨੂੰ ਠੱਲੀ, ਅਤੇ ਜਦੋਂ ਸਾਡੇ ਆ ਗਏ ਇਹਨੇ ਰੁਕ ਲੱਗੇ, ਅਸੀਂ ਫਿਰ ਉਹ ਮੁੰਡੇ ਨੇ ਖੱਬੇ ਪਾਸੇ ਦੀ ਕੱਢ ਲਈ, ਜੇ ਕਦੇ ਕੱਢ ਸੱਜੇ ਪਾਸੇ ਦੀ। ਇੱਕ ਵਾਰੀ ਤਾਂ ਨੌਬਤ ਇਹ ਆ ਗਈ ਵੀ ਜਿਵੇਂ ਸੱਪ ਲੇਟਣੀਆਂ ਖਾਂਦਾ ਹੁਣ ਜਾਂ ਪਹਾੜਾਂ 'ਚ ਜਾਂਦੇ ਹਾਂ, ਗੱਡੀ ਨੂੰ ਆਏ ਆਏ ਮੁੰਡੇ ਨੇ ਕੀਤਾ। ਅਸੀਂ ਆਖਿਆ ਯਾਰ ਲਖਵਿੰਦਰ ਕਿਉਂ ਪੁੱਤ, ਆਪਾਂ ਵੱਢ ਟੁੱਕ ਕੇ ਮਰਦੇ ਹਾਂ, ਤੂੰ ਗੱਡੀ ਛੱਡ ਦੇ, ਸਾਡੇ ਨਾਲ ਜਿਹੜਾ ਹੁੰਦਾ ਹੋ ਜਾਣ ਦੇ, ਤੂੰ ਪਾਸੇ ਹੋ ਜਾ, ਤੇਰੇ 'ਤੇ ਬਹੁਤ ਅੱਕੇ ਪਏ ਆ, ਕਿਉਂਕਿ ਜਿੰਨਾ ਚਿਰ ਹੋ ਗਿਆ ਸਭ ਤੋਂ ਇਹਨਾਂ ਦੀ ਟਾਰਗੇਟ ਤੂੰ ਹੈ। ਉਹ ਕਹਿੰਦਾ ਇਹ ਤਾਂ ਤੁਸੀਂ ਦਿਲ ਨਾ ਕਰੋ, ਸਾਡੇ 'ਤੇ ਕਿੱਡਾ ਮਾਣ ਕਰਕੇ ਤੁਸੀਂ ਕਰਦੇ ਹਾਂ ਵੀ ਅਸੀਂ ਫਲਾਣੇ ਮੁੰਡੇ ਨਾਲ ਚੱਲੇ ਹਾਂ, ਜੇ ਜਿਊਂਗਾ ਮੈਂ ਤਾਂ ਵੀ ਤੁਹਾਡੇ ਨਾਲ ਜਿਊਂਗਾ, ਜੇ ਮਰੂੰਗਾ ਤਾਂ ਪਹਿਲਾਂ ਸੁੱਥੋਂ ਮੈਂ ਮਰੂੰਗਾ ਤਾਂ ਫਿਰ ਤੁਸੀਂ ਮਰੋਂਗੇ। ਇੰਨੀ ਹਾਲਾਤ ਹੈ, ਸਾਨੂੰ ਜਾਂ ਤਾਂ ਰੱਬ ਦਿੰਦਾ ਸੀ, ਸਾਡੀ ਜਾਨ ਦਿੰਦੀ ਸੀ ਵੀ ਅਸੀਂ ਸਾਡੇ ਕੀ ਬਣਨਾ, ਕਸੀ ਦੀ ਵਿੱਚ ਵੱਜ ਕੇ ਬਣਨਾ, ਜਾਂ ਟੋਕੇ ਨਾਲ ਵੱਡਿਆਂ ਨਾਲ ਮਰਨਾ, ਜਾਂ ਐਕਸੀਡੈਂਟ ਹੋ ਕੇ ਮਰਨਾ। ਸਾਨੂੰ ਇਹ ਮੌਤ ਦਿੰਦੀ ਸੀ ਵੀ ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਸਾਡੇ ਨਾਲ ਵਾਪਰਨੀ ਆ। ਪਾ ਇੰਨੇ ਦੇ ਵਿੱਚ ਸਾਨੂੰ ਉਸ ਟਾਈਮ 'ਤੇ ਕੋਈ ਸੁਰੱਖਿਆ ਕਰਮਚਾਰੀ ਨਹੀਂ ਮਿਲਿਆ, ਕੋਈ ਇਹ ਨਹੀਂ ਮਿਲਿਆ, ਨਾ ਕੋਈ ਢਾਬਾ ਮਿਲਿਆ, ਨਾ ਕੋਈ ਹੋਟਲ ਵਾਲਾ ਖੋਲ੍ਹਿਆ ਮਿਲਿਆ, ਨਾ ਕੋਈ ਚੀਜ਼ ਮਿਲੀ ਜਿੱਥੇ ਅਸੀਂ ਸ਼ਰਨ ਲੈ ਲਈਏ। ਇਸੇ ਤਾਂ ਹੁੰਦਾ, ਕਦੇ ਨੋਵਾ ਇੱਧਰ ਹੋ ਗਈ, ਕਦੇ ਅਸੀਂ ਇੱਧਰ ਹੋ ਗਏ, ਕਦੇ ਉਹਨਾਂ ਦੀਆਂ ਹੋ ਗਈ। ਜੇ ਸਾਨੂੰ ਇੱਕ ਅੱਧਾ ਟਾਈਮ ਮਿਲ ਜਾਂਦਾ ਸੀ, ਪਿੱਛੋਂ ਲਾਈਟ ਆਉਂਦੀ, ਸਾਨੂੰ ਦੂਰੋਂ ਦਿਸ ਜਾਂਦਾ ਸੀਗਾ ਵੀ ਉਹ ਆ ਗਿਆ, ਸਾਡੀ ਮੌਤ ਉਹ ਆ ਗਈ ਹੈ। ਸਾਨੂੰ ਮੌਤ ਦਿੰਦੀ ਸੀ ਜਦੋਂ ਚਿੱਟੀ ਬੱਤੀ ਆਉਂਦੀ ਹੈ ਨਾ, ਸਾਨੂੰ ਮੌਤ ਦਿੰਦੀ ਵੀ ਸਾਡੀ ਮੌਤ ਉਹ ਤੁਰੀ ਆਉਂਦੀ ਹੈ। ਜਦੋਂ ਹਾਂਸੀ ਦਾ ਫਲਾਈਓਵਰ ਆਇਆ, ਉਹਨਾਂ ਨੂੰ ਕਿਉਂਕਿ ਰੋਜ਼ ਦੇ ਮਾਰ ਸੀਗੇ, ਉਹਨਾਂ ਨੇ ਫਲਾਈਓਵਰ ਦੇ ਉੱਤੇ ਕਰਕੇ ਟੇਢੀ ਕਰਕੇ ਗੱਡੀ ਠਾਲੀ। ਠੀਕ ਹੈ।
ਅਤੇ ਜਦੋਂ ਨੋਵਾ ਗਈ ਤਾਂ ਨੋ ਉਤਰ ਕੇ ਉਹਨਾਂ ਨੇ ਨੋਵਾ ਨੂੰ ਇਸ਼ਾਰਾ ਕਰਤਾ ਅਤੇ ਦੋਵੇਂ ਮੁੰਡੇ ਇੱਕ ਡਰਾਈਵਰ ਅਤੇ ਇੱਕ ਬੌਸ ਬਾਲ ਲੈ ਕੇ ਪਹਿਲਾਂ ਉਹਨਾਂ ਨੇ ਸਾਡੇ ਜਦੋਂ ਇਹ ਨਿਕਲਦੇ ਆ ਨਾ ਉਹਨਾਂ ਨੇ ਬਾਲ ਕੱਢੇ, ਸਾਨੂੰ ਪਛਾਣ ਹੋ ਗਈ ਇਹ ਬੰਦੇ ਉਹੀ ਹੈ ਜਿਹੜੇ ਸਾਡੇ ਨਾਲ ਹੋਟਲ 'ਤੇ ਚਾਹ ਪਾਣੀ ਪੀਤਾ, ਟੀ ਸ਼ਰਟਾਂ ਪਾਈਆਂ ਸੀ, ਲੋਹਰਾਂ ਪਾਈਆਂ ਸੀ, ਬਿਲਕੁਲ ਆਈਡੈਂਟੀਫਾਈ ਅਸੀਂ ਕਰ ਲਏ ਸੀ ਵੀ ਉਹੀ ਹੈ। ਜਦੋਂ ਉੱਥੋਂ ਹੋ ਸਕਦਾ ਮੈਂ ਆਖਿਆ ਜਾਂ ਪਰਮਾਤਮਾ ਉਹਨਾਂ ਨੂੰ ਖਵਾਇਆ ਜਾਂ ਬੱਚੇ ਦੀ ਸਿਆਣਪ ਹੋਈ, ਮੈਂ ਕਿਹਾ ਪੁੱਤ ਗਾਂ ਆਪਾਂ ਨੂੰ ਇਹਨਾਂ ਨੇ ਨਹੀਂ ਟੱਪਣ ਦਾ, ਸੱਜੇ ਅੱਗੇ ਕਰ ਦਿੰਦੇ, ਅੱਗੇ ਕਰ ਦਿੰਦੇ ਕਾਰ ਜੇ ਪਿੱਛੇ ਕਰਦੇ ਪਿੱਛੇ, ਤੂੰ ਬੈਕ ਕਰ। ਉਹਨੇ ਇੱਕ ਤਾਂ ਉਹਦੇ ਇੱਧਰ ਮਾਰਿਆ ਬੱਸ ਬਾਲ ਡਰਾਈਵਰ ਦੇ ਉੱਤੇ ਸ਼ੀਸ਼ੇ ਦੇ, ਇੱਕ ਨੇ ਮੇਰੇ ਵੱਲ ਇੱਕ ਸੁੰਨ ਮਾਰਿਆ, ਕੋਈ ਬਾਲ ਨਹੀਂ ਮਾਰਿਆ, ਮੈਂ ਲੱਗਦਾ ਸੀ ਖੜਕਾ ਬੜਾ ਹੋਇਆ, ਪਰ ਹੋਇਆ ਵੀ ਉਹ ਕਸੁੰਨ ਹੀ ਮਾਰਿਆ ਹੋਣਾ, ਇਹ ਮਾਰਿਆ ਇਹਨੇ ਯੂ ਟਰਨ ਕਰਕੇ ਦਿੱਲੀ ਵੱਲ ਨੂੰ ਅਸੀਂ ਫਿਰ ਮੁੜਦੇ ਹਾਂ। ਉੱਥੇ ਅਸੀਂ ਰੋਂਗ ਸਾਈਡ 'ਤੇ ਅੱਗੋਂ ਟਰੱਕ ਆਉਂਦਾ ਸੀ, ਕਿਵੇਂ ਬਚੇ ਕਿਵੇਂ, ਪਰਮਾਤਮਾ ਜਾਣਦਾ ਕੁਛ ਜਾਣਦਾ, ਉਹਨੇ ਸਾਈਡ ਦੇ ਤੀ ਜੇ ਆਸੇ ਪਾਸੇ ਆਸੇ ਦੀ ਹੋ ਗਏ। ਉੱਥੇ ਗਾਂ ਵੇਖਿਆ ਇੰਡੀਅਨ ਆਇਲ ਦਾ ਪੈਟਰੋਲ ਪੰਪ ਇੱਕ ਖੁੱਲ੍ਹਾ ਸੀ, ਖੁੱਲ੍ਹਾ ਕੀ ਲਾਈਟਾਂ ਜਗਦੀਆਂ ਸੀ, ਉੱਥੇ ਹੈ ਨਹੀਂ ਸੀ ਬੰਦਾ, ਉੱਥੇ JCB ਖੜੋਤੀ ਸੀ, ਇੱਕ ਟਰੈਕਟਰ ਖੜੋਤਾ ਸੀ, ਚਾਰ ਪੰਜ ਟਰੱਕ ਖੜੋਤੇ ਸੀਗੇ, ਅਤੇ ਉਸ ਹਨੇਰੇ ਸਾਨੂੰ ਬੰਦਾ ਨਹੀਂ ਉੱਥੇ ਕੁਛ ਦਿਸਿਆ। ਅਸੀਂ ਉੱਥੇ ਆ ਕੇ ਅਤੇ ਇਹ ਇੱਕ ਮੁੰਡਾ ਡਰਾਈਵਰ ਅਤੇ ਇੱਕ ਹੋਰ ਨਿਕਲ ਕੇ ਜਾਂਦੇ ਰਹੇ ਅਤੇ ਅਸੀਂ ਦੋਵੇਂ ਜੀ ਕਾਰ ਦੇ ਵਿੱਚ ਹੀ ਬੈਠੇ ਹਾਂ। ਉਹ ਜਦੋਂ ਪਿੱਛੋਂ ਇਹ ਕਾਰ ਪਿੱਛਾ ਕਰਦੀ ਫਿਰ ਆ ਗਈ, ਜਦੋਂ ਇਹਨਾਂ ਨੇ ਸਾਡੇ ਕੋਲ ਮਾਰੀਆਂ ਨਾ ਬ੍ਰੇਕਾਂ ਅਤੇ ਜਿਵੇਂ ਚੀਂਘਾੜਾਂ ਨਿਕਲਦੀਆਂ ਹੁੰਦੀਆਂ ਐਂ ਨਿਕਲਿਆ, ਅਸੀਂ ਆਖਿਆ ਫਿਰ ਆ ਗਏ। ਫਿਰ ਆ ਕੇ ਅਸੀਂ ਦਵਾ ਸਿੱਖਾ ਇਹ ਮਰਨ ਨਾਲ ਉਹ ਬਾਥਰੂਮ ਦੇ ਵਿੱਚ ਵੜ ਜਾਏ, ਅਸੀਂ ਦੋਵੇਂ ਜੀ ਪਹਿਲਾਂ ਅਸੀਂ ਬਾਥਰੂਮ ਦੇ ਵਿੱਚ ਜਾ ਕੇ ਬਾਹਰ ਕਰ ਗਿਆ। ਅੱਗੇ 110 ਨੰਬਰ 'ਤੇ 112 ਮੰਜੇ 'ਤੇ ਅਸੀਂ ਫੋਨ 'ਤੇ ਸਾਨੂੰ ਕਹਿੰਦੇ ਲੋਕੇਸ਼ਨ ਦੱਸੋ, ਅਸੀਂ ਆਖਿਆ ਯਾਰ ਨੈਸ਼ਨਲ ਹਾਈਵੇ ਹੈ, ਕੋਈ ਦੱਸੀਏ ਜੇ ਤਾਂ ਅਸੀਂ ਲੋਕਲ ਜਾਣਦੇ ਹੋਈਏ ਦੱਸ ਦਈਏ ਵੀ ਅਸੀਂ ਆ ਫਲਾਣੀ ਥਾਂ 'ਤੇ ਮੋੜ 'ਤੇ ਖੜੋਤੇ ਹਾਂ, ਫਲਾਣੀ ਥਾਂ 'ਤੇ ਖੜੋਤੇ ਹਾਂ, ਇਹ ਸਾਡਾ ਅਸੀਂ ਪੈਟਰੋਲ ਪੰਪ ਨੈਸ਼ਨਲ ਹਾਈਵੇ ਦੇ ਉੱਤੇ ਹੈ, ਇੰਡੀਅਨ ਆਇਲ ਪੁੱਲ ਜਾਂਦਾ ਹੈ, ਜਦੋਂ ਦਿੱਲੀ ਨੂੰ ਜਾਂਦੇ ਖੱਬੇ ਪਾਸੇ ਹੈ, ਉੱਥੇ JCB ਖੜੋਤੀ, ਅਸੀਂ ਸਾਰੀਆਂ ਜਿਹੜੀਆਂ ਉੱਥੋਂ ਦੀਆਂ ਨਿਸ਼ਾਨੀਆਂ ਦੀ ਅਸੀਂ ਦੱਸਦੇ ਸੀ। ਉਹਨਾਂ ਨੇ ਫਿਰ ਅਸੀਂ ਫਿਰ ਉਹਨਾਂ ਨਾਲ ਮੈਂ ਘੱਬ ਰਿਹਾ ਵੀ, ਮੈਂ ਕਿਹਾ ਸਾਡੇ ਮਰਿਆਂ ਤੋਂ ਆਉਂਗੇ ਤੁਸੀਂ, ਕਿਉਂ ਸਾਨੂੰ ਮਾਰਦੇ ਤੁਸੀਂ, ਤੁਸੀਂ ਕਾਹਦੇ ਸੁਰੱਖਿਆ ਸਾਡੇ ਕਰਮਚਾਰੀ ਹੈ, ਜਾਂ ਕਾਢੀ ਸਾਡੀ ਸੇਫਟੀ ਹੈ, ਅਤੇ ਤੁਸੀਂ ਕਿੱਥੇ, ਅਸੀਂ ਬਾਥਰੂਮ ਦੇ ਵਿੱਚ ਪਿਛਲੇ ਪਾਸੇ ਲੁਕੀ ਅਸੀਂ। ਅਸੀਂ ਆਖਿਆ ਜਦੋਂ ਤੁਸੀਂ ਆ ਜਾਓਗੇ ਨਾ ਇਹਦੇ ਪੈਟਰੋਲ ਪੰਪ 'ਤੇ ਫਿਰ ਅਸੀਂ ਬਾਹਰ ਆਵਾਂਗੇ। ਜਦੋਂ ਇੱਕ SHO ਹੈ ਜਾਂ ਇੰਸਪੈਕਟਰ ਹੈ ਉਹਨੇ ਫੋਨ ਕੀਤਾ, ਸਾਨੂੰ ਪਤਾ ਲੱਗਿਆ ਪੁਲਿਸ ਵਾਲਿਆ, ਫਿਰ ਅਸੀਂ ਬਾਹਰ ਆਏ, ਉਹਨੂੰ ਫੋਨ ਕੀਤਾ, ਮੈਨੂੰ ਕਹਿੰਦੇ ਵੀ ਤੁਸੀਂ, ਮੈਂ ਕਿਹਾ ਜੀ ਮੈਂ ਰਿਟਾਇਰਡ ਟੀਚਰ ਹਾਂ, ਗੌਰਮੈਂਟ ਪੰਜਾਬ ਪੈਨਸ਼ਨ ਐਸੋਸੀਏਸ਼ਨ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਮੈਂ ਪ੍ਰੈਸ ਸਕੱਤਰ ਹਾਂ, ਅਤੇ ਮੈਂ ਟਿਕਰੀ ਕਮੇਟੀ 'ਤੇ ਰਿਹਾ, ਸਾਡਾ ਪੰਜਾਬ ਅਤੇ ਹਰਿਆਣਾ ਦਾ ਗਲਵੱਕੜੀ ਹੈ, ਅਸੀਂ ਰਲ ਕੇ ਗਏ, ਮੈਨੂੰ ਮੈਂ ਉੱਥੇ 20 ਮੇਰੇ ਦੋਸਤ ਆ ਹਰਿਆਣਵੇਂ ਦੇ, ਮੈਂ ਜਿਹਨੂੰ ਮਰਜ਼ੀ ਕਰਦਾ ਕਤਰ ਦਾ ਜੇ ਇਸ ਤਰ੍ਹਾਂ ਸੀਗਾ। ਉਹ ਕਹਿੰਦੇ ਇਹਨੂੰ ਰਹਿਣ ਦਿਓ ਬਾਬੇ ਨੂੰ, ਦੂਜੇ ਤੋਂ ਸਟੇਟਮੈਂਟ ਦਵਾਓ। ਜਿਹੜਾ ਦੂਜਾ ਸੀ ਉਹਨੂੰ ਕਹਿੰਦੇ ਜੀ ਤੁਸੀਂ ਸਟੇਟਮੈਂਟ ਦਿਓ ਵੀ ਅਸੀਂ ਸਾਡਾ ਸੁਰੱਖਿਆ ਸਾਨੂੰ ਆ ਗਈ, ਛੇਤੀ ਆ ਗਈ, ਇਹ ਸਾਨੂੰ ਅਸੀਂ ਗੱਲਬਾਤ ਨਹੀਂ ਕਰਨੀ ਚਾਹੁੰਦੇ ਕਿਸੇ ਦੀ ਕੁਮਲੋਕੇਟ ਨਹੀਂ, ਸਾਨੂੰ ਉਹਨਾਂ ਨੇ ਸੁਰੱਖਿਆ ਲਈ, ਅੱਗੇ ਪਿੱਛੇ ਜਿਪਸੀ ਲਈਆਂ ਅਤੇ ਟੂਲ ਪਲਾਡੇ 'ਤੇ ਸਾਨੂੰ ਕਹਿੰਦੇ ਸਰਦਾਰ ਜੀ ਸ਼ਾਬਾਸ਼ ਜਾਓ। ਉਦੋਂ ਦਿਨ ਚੜ੍ਹ ਗਿਆ ਸੀ, ਅਸੀਂ ਆ ਗਏ ਜੀ। ਇਹ ਸਭ ਕੁਝ ਵਾਪਰ ਮਾਤਾ ਜਿਵੇਂ ਦੱਸੀ ਹੈ ਕਹਾਣੀ, ਇਹ ਕਹਾਣੀ ਸੁਣਨ ਦੇ ਵਿੱਚ ਵੀ ਸਾਨੂੰ ਇਹ ਲੱਗਦਾ ਮਤਲਬ ਅਸੀਂ ਪਰ ਜਿਹਦੇ ਨਾਲ ਵਾਪਰੀ ਹੁੰਦੀ ਹੈ, ਜਿਹੜਾ ਉਹ ਹਾਲਾਤਾਂ 'ਚ ਹੁੰਦਾ ਉਹ ਭਾਵੇਂ ਸਮੱਸਿਆ ਤਾਂ ਕਹਿੰਦੇ ਵੀ 5 ਮਿੰਟ ਦੀ ਵੀ 5 ਘੰਟਿਆਂ ਵਾਂਗੂ ਲੰਘਦੀ ਹੈ, ਅਤੇ ਤੁਹਾਡੇ 'ਤੇ ਤਾਂ ਬੜਾ ਲੰਮਾ ਸਮਾਂ ਰਹੀ ਉਹ ਹਾਲਾਤ। 40-45 ਮਿੰਟ ਰਹੀ ਪੁੱਤ ਸਾਡੇ 'ਤੇ, 40-45 ਕਿਲੋਮੀਟਰ ਜਦੋਂ ਗੱਡੀ 125-30 ਦੀ ਸਪੀਡ 'ਤੇ ਚੱਲੂਗੀ, ਤੁਸੀਂ ਹਿਸਾਬ ਲਾ ਲਓ ਵੀ 40-45 ਮਿੰਟਾਂ ਵਿੱਚ ਕਿੰਨਾ ਸਫ਼ਰ ਤੈਅ ਹੋਊਗਾ। ਅਤੇ ਅੱਛਾ ਅਸੀਂ ਮੈਂ ਨਹੀਂ ਉਹ ਵੀ ਸਾਨੂੰ ਜਦੋਂ ਉਹ ਟਾਈਮ ਪੁੱਤ ਮੈਨੂੰ ਤਾਂ ਯਾਦ ਆਉਂਦਾ ਮੇਰੀਆਂ ਅੱਖਾਂ ਅੱਗੇ ਨਹੀਂ ਰਾ ਜਾਂਦੇ, ਉਦੋਂ ਅਸੀਂ ਉਹ 40-45 ਮਿੰਟ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਸੀ।
ਫਿਰ ਮੈਂ ਮੁੰਡੇ ਨੂੰ ਰੌਲਾ ਪਾਉਣ ਲੱਗ ਗਈ, ਮੈਂ ਕਿਹਾ ਪੁੱਤ ਤੂੰ ਗੱਡੀ ਰੋਕ ਕੇ ਨਾ ਤੂੰ ਨਿਕਲ ਜਾ। ਉਹਨੇ ਸਾਡੀ ਗੱਲ ਦਾ ਉੱਤਰ ਨਹੀਂ ਐਵੇਂ ਦਿੱਤਾ, ਐਵੇਂ ਮੈਂ ਆਖਾਂ ਵੀ ਤੁਸੀਂ ਠੀਕ ਬੋਲ ਰਹੇ ਹੋ ਜਾਂ ਗਲਤ ਬੋਲ ਰਹੇ ਹੋ, ਹੈ ਨਾ। ਫਿਰ ਜਦੋਂ ਸ਼ਾਂਤੀ 'ਚ ਆਏ ਹਾਂ ਨਾ, ਮਤਲਬ ਸਾਰਾ ਇਹ ਭੰਗਪਾਣਾ ਵਾਪਰ ਕੇ ਕਹਾਣੀ ਜਿਵੇਂ ਆਦੇ ਹੁੰਦੇ ਖਤਮ ਹੋ ਗਈ, ਫਿਰ ਉਹ ਬੋਲਿਆ ਵੀ ਜੇ ਆਂਟੀ ਮੈਂ ਤਾਂ ਹੀ ਗੱਡੀ ਰੋਕ ਲੈਂਦਾ ਆਪਣੇ ਨਾਲ ਪਤਾ ਨਹੀਂ ਕੀ ਹੋਣਾ ਸੀ। ਮੇਰਾ ਤਾਂ ਟਾਰਗੇਟ ਇਹ ਸੀ ਵੀ ਜਾਂ ਤਾਂ ਮੈਂ ਉਹਨਾਂ ਦੀ ਗੱਡੀ ਨਹੀਂ ਸਾਬਤ ਰਹਿਣ ਦੇਣੀ, ਅਤੇ ਜਾਂ ਉਹਨਾਂ ਦੇ ਉੱਤੇ ਚੜ੍ਹਾਊਂਗਾ ਗੱਡੀ ਜਾਂ ਉਹਨਾਂ ਨੂੰ ਨਾਲ ਲੈ ਕੇ ਮਰੂੰਗਾ, ਮੈਂ ਇਕੱਲਾ ਨਹੀਂ ਮਰਦਾ। ਚੱਲ ਇੰਨੇ 'ਚ ਮੈਂ ਨਹੀਂ ਇਸ ਜਿਵੇਂ ਆਦੇ ਹੁੰਦੇ ਆ ਡਰਾਈਵਰ ਦੀ, ਮੈਨੂੰ ਲੱਗਦਾ ਵੀ ਬਹਾਦਰੀ ਨਾਲ ਜਾਂ ਸਿਆਣਪ ਨਾਲ ਹੀ ਅਸੀਂ ਬਚ ਗਏ ਹਾਂ, ਹੋਰ ਕੋਈ ਮਾੜਾ ਡਰਾਈਵਰ ਹੁੰਦਾ ਨਹੀਂ ਅਸੀਂ ਬਚਣਾ ਸੀ। ਫਿਰ ਹਾਂ, ਕਿਉਂਕਿ ਅਸੀਂ ਤਾਂ ਪੁੱਤ ਬੁੱਢੇ ਹਾਂ, ਸਾਡੇ ਤਾਂ ਇੱਕ ਇੱਕ ਸਿਰ 'ਚ ਮਾਰਦੇ ਸੀ ਉੱਥੇ ਡਿੱਗ ਪੈਣਾ, ਅੱਧੇ ਤਾਂ ਅਸੀਂ ਪਹਿਲਾਂ ਡਰ ਨਾਲ ਮਰੇ ਪਏ ਸੀ। ਹਾਂ, ਅਤੇ ਪਰ ਉਹ ਗੱਲ ਆ ਵੀ ਚਲੋ ਜਿਵੇਂ ਆਦੇ ਹੁੰਦੇ ਮਾਰਨ ਵਾਲਿਆਂ ਨੂੰ ਰੱਖਣ ਵਾਲਾ ਬਲੀ ਹੁੰਦਾ, ਅਤੇ ਪਰ ਹੁਣ ਮੈਂ ਤਾਂ ਪੁੱਤ ਸਾਰਿਆਂ ਨੂੰ ਇਹੀ ਆਦੀ ਹਾਂ ਵੀ ਰਾਤ ਨੂੰ ਕੋਈ ਨਾ ਤੁਰੇ, ਕੋਈ ਸੁਰੱਖਿਆ ਨਹੀਂ ਉੱਥੇ, ਕੁਛ ਵੀ ਹੈ ਨਹੀਂ, ਕਿਤੇ ਵੀ ਨਾਕਾ ਨਹੀਂ ਮਿਲਿਆ ਸਾਨੂੰ ਬੰਦੇ ਨੂੰ। ਉਹ ਗੱਲ ਆ ਵੀ ਇਹ ਵੀ ਇੱਕ ਸਹਾਰਾ ਹੁੰਦਾ ਜੇ ਕੋਈ ਕਿਤੇ। ਹਾਂ, ਜਿਹੜੀ ਇਨੋਵਾ ਗੱਡੀ ਆਈ ਅਸੀਂ ਭੱਜ ਕੇ ਉਸ ਗੱਡੀ ਨਾਲ ਤੇਜ਼ ਗੱਡੀ ਕਰਕੇ ਗੱਡੀ ਰਲਾਈ, ਉਹਨਾਂ ਮੁੰਡਿਆਂ ਨੇ ਸਾਥੋਂ ਅੱਗੋਂ ਉਹਦੀ ਟਰਨ ਮਾਰ ਕੇ ਸਾਥੋਂ ਮੂਹਰੇ ਇਨੋਵਾ ਨਾਲ ਜਾ ਕੇ ਰਲ ਕੇ ਤਾਂ ਨਾ ਉਹ ਵਿਚਾਰੇ ਰੁਕਣ ਲੱਗੇ ਹੈ, ਉਹਨਾਂ ਨੂੰ ਇਹਨਾਂ ਨੇ ਹੱਥ ਮਾਰਤਾ ਵੀ ਜਾਓ ਤੁਸੀਂ, ਬਸ ਉਹਨਾਂ ਦਾ ਟਾਰਗੇਟ ਹੀ ਅਸੀਂ ਸੀ। ਪਤਾ ਨਹੀਂ ਉਹਨਾਂ ਨੂੰ ਕੀ ਸਾਡੇ 'ਤੇ ਸ਼ੱਕ ਸੀ, ਕੀ ਲੈਣਾ ਸੀ, ਕੀ ਮਾਰਨਾ ਸੀ, ਸਾਨੂੰ ਕੋਈ ਪਤਾ ਨਹੀਂ। ਕੋਈ ਸਾਡੀ ਉਹਨਾਂ ਨਾਲ ਦੁਸ਼ਮਣੀ ਨਹੀਂ ਸੀ, ਅਸੀਂ ਉਹਨਾਂ ਨਾਲ ਨਾ ਜਾਣਦੇ ਸੀ ਨਾ ਪੁੱਛਦੇ ਸੀ ਪੁੱਤ। ਹਾਂ, ਮਤਲਬ ਇੱਕ ਹਿਸਾਬ ਦਾ ਤਾਂ ਲੁੱਟਾਂ ਨਾਲੋਂ ਵੀ ਵੱਧ ਇਹ ਲੱਗਦਾ ਸੀ ਜਿਵੇਂ ਕੋਈ ਹੁਣ ਦੁਸ਼ਮਣੀ ਪਾਲੀ ਹੁੰਦੀ ਆ ਵੀ ਇੱਕ ਵੈਰ ਹੀ ਕੱਢ ਕੇ ਜਾਣਾ। ਮੈਂ ਤਾਂ ਇਹੀ ਸੋਚੀ ਜਾਂਦੀ, ਉਹਨਾਂ ਨੇ ਤਾਂ ਐਂ ਸੋਚ ਲਿਆ ਵੀ ਇਹ ਪਤਾ ਨਹੀਂ ਕੀ ਕੌਣ ਜਾਂਦੇ ਆ ਵੀ ਕੀ ਇਹ ਹੈਗੇ ਚੀਜ਼, ਵੀ ਇਹਨਾਂ ਨੂੰ ਤਾਂ ਅਸੀਂ ਅੱਜ ਮਾਰ ਕੇ ਹੀ ਸਾਹ ਲਵਾਂਗੇ। ਬਿਲਕੁਲ ਸਾਡਾ ਕਿਸੇ ਨਾਲ ਕੋਈ ਰਮ ਨਾ, ਸਾਡੇ ਡਰਾਈਵਰ ਦਾ ਲੈਣਾ ਦੇਣਾ ਸੀ ਵੀ ਜਿਹੜਾ ਆਪਾਂ ਸੋਚ ਗਏ ਵੀ ਕਦੇ ਅਸੀਂ ਉਹਨਾਂ ਨੂੰ ਵੇਖਿਆ ਨਹੀਂ ਸੀ ਵੀ ਕੌਣ ਹੈਗੇ ਕੌਣ ਨਹੀਂ, ਹੈ ਨਾ। ਆਹ ਤਾਂ ਪੁੱਤ ਸਾਡੇ ਨਾਲ ਹਾਲਾਤ ਹੋਏ, ਮੈਂ ਤਾਂ ਅੱਗੇ ਨਹੀਂ ਆ ਵੀ ਚਲੋ ਅੱਜ ਦੇ ਬਚੇ ਅਸੀਂ ਖਬਰਾਂ ਕਿੰਨੇ ਕੁ ਵਾਰੀ ਬਚਾਂਗੇ। ਹਾਂ, ਇਹ ਗੱਲ ਹੈ, ਮਤਲਬ ਮੈਂ ਫੋਟੋ ਵੀ ਦੇਖੀ ਸੀ ਤੁਹਾਡੇ ਬੇਟੇ ਨੇ ਪਾਈ ਸੀ ਵੀ ਮਾਂ ਪੰਜਾਬ ਨੂੰ ਚੱਲੀ ਹੈ, ਮਤਲਬ ਖੁਸ਼ੀਆਂ ਨਾਲ ਚਲੋ ਤੋਰਿਆ ਹੋਊਗਾ ਵੀ ਚੱਲ ਮਾਂ, ਮਤਲਬ ਉਹਨੂੰ ਵੀ ਕੀ ਪਤਾ ਹੋਣਾ ਵੀ ਗਾਂ ਮਾਂ ਨਾ ਬੀਤਣੀ ਕੀ। ਹਾਂਜੀ, ਉਹਨੂੰ ਬਾਅਦ 'ਚ ਇਸ ਕਹਾਣੀ ਤੋਂ ਬਾਅਦ ਸਾਨੂੰ ਜਦੋਂ ਫੋਨ ਆਉਂਦਾ ਸੀ ਮਤਲਬ ਆਉਂਦਿਆਂ ਨੂੰ ਵੀ ਮੰਮੀ ਕਿੱਥੇ ਪਹੁੰਚ ਗਏ, ਅਸੀਂ ਆਖਦੇ ਵੀ ਅਸੀਂ ਠੀਕ ਠਾਕ ਚੱਲੇ ਹਾਂ, ਘਰ ਆ ਕੇ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਨਾਲ ਤਾਂ ਹਾਲਾਤ ਹੋਏ ਆ। ਹਾਂ, ਉਹ ਤਾਂ ਉਹਨਾਂ ਨੂੰ ਉਹੀ ਗੱਲ, ਉਹ ਤਾਂ ਖੁਸ਼ ਸੀ ਵੀ ਸਾਡੇ ਮੰਮੀ ਸਹੀ ਸਲਾਮਤ ਪਹੁੰਚ ਗਈ, ਵੀ ਅਨਪੜ੍ਹ ਨੂੰ ਆਉਣਾ ਵੀ ਬਹੁਤ ਔਖਾ ਹੁੰਦਾ ਹੈ। ਹਾਂ, ਉਹ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਜਿਹੜੇ ਉਹ ਤੁਹਾਡੇ 45 ਮਿੰਟ ਹੈ ਉਹ ਤਾਂ ਤੁਹਾਡੇ ਲਈ 45 ਦਿਨ ਅਰਗੇ ਹੋਣਗੇ ਵੀ ਜੋ ਕਹਿੰਦਾ ਬਾਈ ਜੀ, ਹੁਣ ਵੀ ਉਹ ਛਿੰਝੋ ਜਿੱਥੇ ਰਹਿੰਦੇ ਨਾ ਹੌਲ ਪੈਂਦੇ ਸਾਡੇ ਵੀ। ਮੈਂ ਜਦੋਂ ਮੈਨੂੰ ਕਮਲਪ੍ਰੀਤ ਬੇਟੇ ਨੇ ਆਖਿਆ ਵੀ ਤੁਸੀਂ ਡੈਡੀ ਪੋਸਟ ਪਾਓ, ਮੈਂ ਕਿਹਾ ਯਾਰ ਮੈਂ ਮੰਨ ਨੂੰ ਤਿਆਰ ਨਹੀਂ, ਮੈਂ ਨਹੀਂ ਪੋਸਟ ਲਿਖ ਸਕਦਾ ਗਾ, ਮੇਰਾ ਮਨ ਨਹੀਂ ਕਰਦਾ ਗਾ ਜੀ, ਮੈਂ ਹੁਣ ਇਸ ਮੇਰਾ ਬੈਲੈਂਸ ਨਹੀਂ ਬਣਦਾ। ਕਹਿੰਦਾ ਜੇ ਅੱਜ ਰਾਤ ਨੂੰ ਕਿਸੇ ਨਾਲ ਹੋਰ ਵਾਪਰ ਗਿਆ ਉਹਦਾ ਕੌਣ ਜ਼ਿੰਮੇਵਾਰ ਹੋਊਗਾ, ਤਾਂ ਤੁਸੀਂ ਜ਼ਿੰਮੇਵਾਰ ਹੋਊਗੇ, ਤੁਸੀਂ ਅੱਜ ਨਾਲ ਲਿਖੋਗੇ ਤੁਸੀਂ ਲਿਖੋ। ਮੈਂ ਕਿਹਾ ਚੰਗਾ ਤੂੰ ਲਿਖ ਦੇ ਮੇਰਾ ਫੋਨ ਨੰਬਰ ਲਿਖ ਦਿਓ। ਕਹਿੰਦਾ ਵੀ ਕਈ ਵਾਰੀ ਫੇਕ, ਅਗਲੇ ਕਹਿੰਦੇ ਫੇਕ ਹੈ। ਮੈਂ ਕਿਹਾ ਤੂੰ ਮੇਰਾ ਨੰਬਰ ਲਿਖੀ, ਮੈਂ ਜਿੰਨਾ ਕੁ ਅਟੈਂਡ ਕਰ ਸਕਦਾ ਕਰੂੰਗਾ। ਰਾਤ ਕੱਲ੍ਹ ਦੇ ਫੋਨ ਦੇਸ਼ਾਂ 'ਚੋਂ ਵਿਦੇਸ਼ਾਂ 'ਚੋਂ ਆਈ ਜਾਂਦੇ ਆ। ਮੈਂ ਇਹ ਕਹਿੰਦਾ ਵੀ ਅਸੀਂ 6,000 ਸਾਡੀ ਗੱਡੀ ਰੋਜ਼ ਜਾਂਦੀ ਹੈ ਪੰਜਾਬ ਤੋਂ ਦਿੱਲੀ ਨੂੰ, ਅਤੇ ਪੰਜਾਬ ਦੇ ਜਿਹੜੇ ਏਅਰਪੋਰਟ ਹੈ ਮੋਹਾਲੀ ਹੈ ਅੰਮ੍ਰਿਤਸਰ ਹੈ, ਇਹ ਕਿਉਂ ਨਹੀਂ ਡਿਵੈਲਪ ਹੁੰਦੇ? ਕੀ ਜਿਹੜੇ ਬੰਦੇ ਚਹੇਤੇ ਆ ਪ੍ਰਧਾਨ ਮੰਤਰੀ ਦੇ, ਕੀ ਉਹਨਾਂ ਨੂੰ ਠੇਕਾ ਦੇ ਕੇ ਉਹਦਾ ਢਿੱਡ ਭਰੂਗਾ?
ਅਸੀਂ ਪੰਜਾਬ ਦੇ ਹਜ਼ਾਰਾਂ ਮੁੰਡੇ ਜਾਂ ਤਾਂ ਬਾਰਡਰਾਂ 'ਤੇ ਮਰੀ ਜਾਂਦੇ ਹਾਂ, ਜਾਂ ਦੇਸ਼ ਦਾ ਅੰਨਦਾਤਾ ਖੇਤਾਂ 'ਚ ਰੁਲੀ ਜਾਂਦਾ, ਜਾਂ ਜਿਹੜੀ ਸੁਰੱਖਿਆ ਫੋਰਸ ਹੈ ਸਾਡੇ ਰੋਕਣ ਵਾਸਤੇ ਬੈਰੀਅਰ ਲਾ ਦਿੱਤੀ ਜਿੱਥੇ ਸਾਨੂੰ ਬੁੜਿਆਂ ਨੂੰ ਲੋੜ ਸੀ, ਉਹ ਸਾਰਾ ਟਰੈਕ ਰੋਹਤਕ ਤੋਂ ਲੈ ਕੇ ਫਾਲਕਾ ਦੱਬ ਵਾਲੀ ਤੀਕਰ ਉਹ ਸਾਰਾ ਟਰੈਕ ਖਾਲੀ ਪਿਆ ਨੈਸ਼ਨਲ ਹਾਈਵੇ ਦਾ। ਜਿਹੜੀ ਸੁਰੱਖਿਆ ਇਹਨਾਂ ਨੇ ਸਾਨੂੰ ਦੇਣੀ ਸੀ ਅਸੀਂ ਜਾਂਦੇ ਕਿੰਨਾ ਰੈਵਨਿਊ ਦਿੰਦੇ ਹਾਂ, ਸਾਡੇ ਪੈਸਿਆਂ ਨਾਲ ਹਰਿਆਣੇ ਦੇ ਵਿੱਚ ਮਹਿਲ ਬਣ ਗਏ ਆ, ਹੋਟਲਾਂ ਦੇ ਮਹਿਲ ਬਣ ਗਏ ਆ ਸਾਡੇ ਪੈਸਿਆਂ ਨਾਲ। ਮੈਂ ਤਾਂ ਬੱਚਿਆਂ ਨੂੰ ਇਹ ਕਹਿੰਦਾ ਪੁੱਤੋ ਜਿਹੜਾ ਪੰਜਾਬ ਦਾ ਜਾਵੇ ਪਾਣੀ ਲੈ ਕੇ ਜਾਓ, ਚਾਹ ਘਰੋਂ ਲੈ ਕੇ ਜਾਓ, ਇੱਥੇ ਚੱਕੋ ਨਾ ਇਹਨਾਂ ਵੱਲੀ, ਸੁਰੱਖਿਆ ਹੀ ਨਹੀਂ ਦੇਣੀ ਅਤੇ ਜਾਓ ਦਿਨੇ ਦਿਨੇ ਰਾਤ ਨੂੰ ਨਾ ਸਫ਼ਰ ਕਰੋ ਕੋਈ। ਤੁਸੀਂ ਆਪਦੀ ਤੁਸੀਂ ਜੇ ਆਪ ਸੁਰੱਖਿਆ ਤਾਂ ਸਭ ਕੁਛ ਸੁਰੱਖਿਆ, ਜੇ ਸਾਡਾ ਰੁਲ ਜਾਂਦਾ ਤਾਂ ਸਾਡਾ ਬੜੇਪਾ ਰੁਲਣਾ ਸੀ, ਜੇ ਲੱਤ ਬਾਂਹ ਤੋੜਦੇ ਨਾ ਅਸੀਂ ਆਪਣੇ ਆਪ ਨੂੰ ਸਵਾਰ ਸਕਦੇ, ਬੱਚਿਆਂ ਸਿਰ ਬਿਪਤਾ ਖੜੀ ਕਰਦੇ ਨਹੀਂ ਸੀ ਅਸੀਂ। ਗੱਲ ਜਿਵੇਂ ਆਮ ਤੌਰ 'ਤੇ ਲੋਕਾਂ 'ਚ ਗੱਲ ਹੁੰਦੀ ਹੈ ਕਿ ਰਾਤ ਦਾ ਸਫ਼ਰ ਬਹੁਤ ਜਲਦੀ ਨਿਬੜਦਾ, ਵੀ ਹੁਣ ਉਹ ਰਾਤ ਦੇ ਸਫ਼ਰ ਜਲਦੀ ਨਿਬੜਨ ਦੇ ਚੱਕਰ 'ਚ ਇਹ ਨਾ ਹੋਵੇ ਕਿ ਆਖਰੀ ਸਫ਼ਰ ਹੀ ਬਣ ਕੇ ਰਹਿ ਜਾਵੇ। ਹਾਂ ਬਿਲਕੁਲ ਬਿਲਕੁਲ ਪੁੱਤੇ ਹੋਈ ਆ, ਮੈਂ ਕਹਿੰਦਾ ਵੀ ਥੋੜ੍ਹਾ ਕਰ ਲਓ, ਜਿਵੇਂ ਆਪਾਂ ਪਹਾੜਾਂ 'ਚ ਜਾਂਦੇ ਹਾਂ ਨਾ ਵੀ ਇਹਦੇ ਨਾਲੋਂ ਦੇਰ ਚੰਗੀ ਹੈ, ਆਪਾਂ ਟ੍ਰੈਫਿਕ ਲੱਗ ਜੂਗਾ, 10 ਮਿੰਟ ਲੇਟ ਜੂ, ਘੰਟਾ ਲੇਟ ਹੋਊਗੇ, 5 ਘੰਟੇ ਲੋਗੇ, ਜੇ ਸਾਡੀ ਲੱਤ ਬਾਂਹ ਤੋੜ ਦਿੰਦੇ, ਸਾਡੀ ਲੱਤ ਬਾਂਹ ਵੱਢ ਦਿੰਦੇ ਅਤੇ ਫਿਰ ਕਿੱਥੇ ਬਣਦਾ, ਕੀ ਮਾਰ ਹੀ ਦਿੰਦੇ ਦੇਖਣ ਵਾਲਾ ਕਿਹੜਾ ਉੱਥੇ। ਮੈਂ ਕਹਿੰਦਾ ਵੀ ਬਾਲ ਸੀ ਉਹਨਾਂ ਕੋਲ ਜਿਹੜੇ ਬੇਸਬਾਲ ਹੁੰਦੇ ਆ, ਅਸੀਂ ਤਾਂ ਇੱਕ ਨਹੀਂ ਚੱਲਣੀ ਸੀਗੀ, ਜਿਹੜਾ ਉਹਨਾਂ ਨੇ ਇੰਨਾ ਉਹ ਸਾਡੇ 'ਤੇ ਗਰਮ ਸੀਗੇ, ਜਿਹੜਾ ਇੰਨਾ ਉਹਨਾਂ ਨੂੰ ਅਸੀਂ ਕਦੇ ਸੱਜੇ ਕਦੇ ਖੱਬੇ ਕਦੇ ਅੱਗੇ ਕਦੇ ਪਿੱਛੇ, ਉਹ ਇੰਨਾ ਕੁ ਸਾਡੇ 'ਤੇ ਇਹ ਮੁੰਡੇ ਦੀ ਸੂਝਬੂਝਾਂ ਝਕਾਨੀਆਂ ਦੇ ਕੇ ਸਾਡੀ ਜਾਨ ਬਚਾਈ ਆ, ਉਹਨਾਂ ਨੇ ਸਾਥੋਂ ਪਹਿਲਾਂ ਮੁੰਡੇ ਦਾ ਨੁਕਸਾਨ ਕਰਨਾ ਸੀ। ਅਸੀਂ ਚਾਹੁੰਦੇ ਸੀਗੇ ਬੱਚਾ ਬਚੇ, ਸਾਡਾ ਕੋਈ ਨਹੀਂ, ਅਸੀਂ ਤਾਂ 70 ਸਾਲ ਹੋਰ 2 ਸਾਲ ਭੁਗਤ ਲਾਂਗੇ, ਮੁੰਡੇ ਦੀ ਕਲੀ ਖੇਡਣ ਵਾਲੀ ਹੈ, ਅਜੇ 25 ਸਾਲਾਂ ਦਾ ਮੁੰਡਾ, ਵੀ ਇਹ ਨਾ ਅਸੀਂ ਤਾਂ ਉਸ ਪਰਿਵਾਰ ਨੂੰ ਦੇਣ ਹੀ ਨਹੀਂ ਦੇ ਸਕਦੇ ਕਿ ਵੀ ਉਹ ਜੇ ਬੱਚੇ ਨੂੰ ਕੁਛ ਸਕਦਾ ਅਸੀਂ ਕੀ ਦੇਵਾਂਗੇ, ਉਹ ਬੱਚੇ ਨੂੰ ਸੀ ਵੀ ਇਹ ਬਜ਼ੁਰਗਾਂ ਨੂੰ ਮੈਂ ਬਚਾਵਾਂ। ਬੜਾ ਮਤਲਬ ਖਤਰਨਾਕ ਮੰਜ਼ਰ ਹੈ, ਅਤੇ ਤੁਹਾਡਾ ਹੁਣ ਅਗਲਾ ਮਕਸਦ ਇਹ ਹੈ ਕਿ ਵੀ ਜਿਹੜੇ ਅਸੀਂ ਤਾਂ ਚਲੋ ਨਿਕਲ ਆਏ ਔਖੇ ਸੌਖੇ ਜਾਣ ਤਲੀ ਅਤੇ ਧਰ ਕੇ ਨਿਕਲੇ, ਪਰ ਜਿਹੜੇ ਸਾਡੇ ਹੋਰ ਪੰਜਾਬੀ ਆ ਉਹ ਇਹ ਦੁੱਖ 'ਚੋਂ ਨਾ ਨਿਕਲੇ। ਅਸੀਂ ਤਾਂ ਇਹੋ ਹੀ ਪੁੱਤ ਵਾਰੀ ਵਾਰੀ ਹੱਥ ਬੇਣ ਕੇ ਕਰਦੇ ਹਾਂ ਵੀ ਆਪਦਾ ਪਾਣੀ ਚਾਹ ਆਪਦੀ ਲੈ ਕੇ ਜਾਓ, ਕਿਸੇ ਹੋਟਲ 'ਤੇ ਨਾ ਖੜੋ, ਕੋਈ ਸਖਾ ਨਹੀਂ, ਜਿਹੜੇ ਉਹਨਾਂ ਦੇ ਹਵੇਲੀਆਂ ਬਣਾਏ ਮਹਿਲ ਬਣਾਏ ਆ ਉਹਨਾਂ ਨੂੰ ਵੀ ਪਤਾ ਲੱਗਦਾ, ਆਪਾਂ ਰੋਜ਼ ਬੰਦੇ ਆ ਕੇ ਸਾਡੇ ਚਾਹ ਪੀਂਦੇ ਆ, ਰੋਜ਼ ਬੰਦੇ ਬਹਿੰਦੇ ਆ, ਜਿਹੜੀ ਉਹ ਸਾਡੇ ਤੋਂ ਰੈਵਨਿਊ ਕਰਦੀ ਆ ਬੀਜੇਪੀ ਦੀ ਸਰਕਾਰ, ਹਰਿਆਣਾ ਸਰਕਾਰ, ਕਿ ਉਹਨੂੰ ਨਹੀਂ ਪਤਾ ਵੀ ਇੱਥੇ ਇਸ ਨੈਸ਼ਨਲ ਹਾਈਵੇ 'ਤੇ ਸਿਕਿਉਰਟੀ ਦੇਣੀ ਆ, ਕਿਉਂ ਨਹੀਂ ਨੈਸ਼ਨਲ ਹਾਈਵੇ 'ਤੇ ਚਾਹੀਦਾ ਤਾਂ ਹਰੇਕ ਨੂੰ ਹੈ। ਅਸੀਂ ਭਗਵੰਤ ਸਿੰਘ ਨਾਲ ਸਾਡੇ ਬਹੁਤ ਮਤਭੇਦ ਹੈ, ਕਿਸਾਨੀ ਮਤਲਬ ਆ, ਪੈਨਸ਼ਨ ਦੇ ਮਤ ਭਲਦੇ ਆ, ਪਰ ਜਿਹੜੀ ਸੁਰੱਖਿਆ ਫੋਰਸ ਦਿੱਤੀ ਹੈ ਸੜਕ ਸੁਰੱਖਿਆ ਫੋਰਸ, ਉਹ ਕਿਸੇ ਨਾ ਕਿਸੇ ਤਾਂ ਡਿੱਗਦੇ ਨੂੰ ਤਿਲੇ ਦਾ ਸਾਰਾ ਹੈ, ਕੀ ਉਹ ਨਹੀਂ ਦੇ ਸਕਦੇ ਸੀਗੇ, ਕਿਉਂ ਨਹੀਂ ਦਿੰਦੇ ਉਹ? ਜੇ ਪੰਜਾਬ 'ਚੋਂ ਚੀਜ਼ ਹੋ ਸਕਦੀ ਤਾਂ ਉੱਥੇ ਵੀ ਤਾਂ ਉੱਥੇ ਵੀ ਹੋ ਸਕਦੀ ਹੈ। ਤੁਹਾਡਾ ਪੁੱਤ, ਮੈਂ ਇਸ ਲੋਕ ਰਾਜ ਚੈਨਲ ਦਾ ਬਹੁਤ ਧੰਨਵਾਦੀ ਹਾਂ, ਤੁਸੀਂ ਦੁੱਖ ਦੀ ਘੜੀ ਵਿੱਚ ਆ ਕੇ ਸਾਡਾ ਸੁਨੇਹਾ ਉਹਨਾਂ ਮੇਰੇ ਵੀਰਾਂ ਨੂੰ, ਨੌਜਵਾਨ ਵੀਰਾਂ ਨੂੰ ਜਿੱਥੇ ਦੁਨੀਆਂ ਵਿੱਚ ਵੱਸਦੇ ਆ, ਪੰਜਾਬ ਨਾਲ ਮੋਹ, ਪੰਜਾਬ 'ਚੋਂ ਆਉਂਦੇ ਆ, ਪੰਜਾਬ 'ਚ ਜਾਂਦੇ ਆ, ਜੇ ਬਜ਼ੁਰਗਾਂ ਨੂੰ ਸੰਭਾਲਣਾ, ਨਾ ਪਾਇਆ ਜੋ ਪੋਸਟ ਵੀ ਮੇਰੀ ਮੰਮੀ ਆ ਰਹੀ ਆ, ਮੇਰਾ ਫਾਦਰ ਆ ਰਿਹਾ, ਚੁੱਪ ਕਰਕੇ ਆਓ ਅਤੇ ਚੁੱਪ ਕਰਕੇ ਜਾਓ, ਹਾਂ ਮਤਲਬ ਜਿਹੜੀ ਗੱਲ 'ਤੇ ਇਹ ਵੀ ਇੱਕ, ਜਿਵੇਂ ਤੁਹਾਨੂੰ ਮਾਤਾ ਦੀ ਪੋਸਟ ਪਾਈ ਸੀ, ਜਾਂ ਅੱਜ ਕੱਲ੍ਹ ਵੈਸੇ ਵੀ ਹਰ ਇੱਕ ਨੂੰ ਸ਼ੌਂਕ ਹੈ ਵੀ ਘਰੋਂ ਤੁਰੇ ਤਾਂ ਲੋਕੇਸ਼ਨ ਪਾਤੀ ਵੀ ਇੱਧਰ ਚੱਲੇ ਹਾਂ ਉਹ ਚੱਲੇ ਹਾਂ, ਇਹ ਤਾਂ ਵੀ ਕਿਤੇ ਨਾ ਕਿਤੇ ਬੱਚਤ ਕਰਨ ਦੀ ਲੋੜ ਹੈ। ਲੋੜ ਹੈ ਪੁੱਤ, ਲੋੜ ਹੈ, ਇਹ ਤਾਂ ਆਪਾਂ ਅਗਲੇ ਨੂੰ ਚੋਰਾਂ ਨੂੰ ਸੁਨੇਹਾ ਦੇ ਰਹੇ ਹਾਂ।
ਵੀ ਅੱਜ ਸਾਡਾ ਇੰਡੀਆ ਆ ਰਿਹਾ, ਅੱਜ ਸਾਡਾ ਆਸਟ੍ਰੇਲੀਆ ਆ ਰਿਹਾ, ਇਹ ਤੋਂ ਵੀ ਥੋੜ੍ਹਾ ਜਿਹਾ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ, ਕਿਤੇ ਵੀ ਬਾਹਰ ਨਿਕਲਣਾ ਕੁਛ ਵੀ ਖਾਂਦੇ ਆ ਕਿਤੇ ਵੀ ਉਹ ਚੀਜ਼ ਨਾ ਪਾਓ। ਮੈਂ ਤਾਂ ਕਹਿੰਦਾ ਪੰਜਾਬ ਦੇ ਜਿੰਨਾ ਹੋ ਸਕਿਆ ਮੈਥੋਂ ਕੁਛ ਕਰਕੇ ਅਸੀਂ ਤਾਂ ਅੰਦੋਲਨ, ਅਗਲਾ ਅੰਦੋਲਨ ਜਿਹੜਾ ਲੜਨਾ ਤਾਂ ਉਹ ਲੜੇ ਜਿੱਥੇ ਪਾਣੀਆਂ ਦਾ ਲੜਨਾ, ਅਤੇ ਉੱਥੇ ਅੰਮ੍ਰਿਤਸਰ ਏਅਰਪੋਰਟ ਨੂੰ ਅਤੇ ਚੰਡੀਗੜ੍ਹ ਏਅਰਪੋਰਟ ਨੂੰ ਡਿਵੈਲਪ ਕਰਨ ਵਾਸਤੇ ਸਾਡੀ ਲੜਾਈ ਇਹ ਹੋਵੇ, ਜਾਂ ਤੁਸੀਂ ਟੈਕਸ ਜ਼ਿਆਦਾ ਪੈਂਦੇ ਦਫ਼ਾ ਹੋਵੇ, ਮੌਤ ਨਾਲ ਤੋਂ ਜ਼ਿਆਦਾ ਟਿਕਟ ਮਹਿੰਗੀ ਲਈ ਚੰਗੀ ਆ, ਦਿੱਲੀ ਨਾ ਕੋਈ ਚੜ੍ਹੇ। ਧੰਨਵਾਦ ਪਰਿਵਾਰ ਵੱਲੋਂ, ਧੰਨਵਾਦ ਜਥੇਬੰਦੀਆਂ ਨੂੰ, ਧੰਨਵਾਦ ਪੰਜਾਬੀ ਪਿਆਰਿਆਂ ਨੂੰ, ਤੁਹਾਡਾ ਸੁਨੇਹਾ ਜਾਊਗਾ ਉਸ ਚੀਜ਼ ਤੋਂ ਜਾ ਕੇ ਜਾਗਰਤ ਹੋਣਗੇ, ਆਉਣ ਵਾਲਾ ਸਮਾਂ ਜਿਹੜਾ ਭਿਆਨਕ ਹੈ, ਤੇ ਪਰਮਾਤਮਾ ਸਭ ਨੂੰ ਤੰਦਰੁਸਤ ਨੇ ਬਖਸ਼ੇ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਗੱਲਬਾਤ ਕੀਤੀ ਅੰਕਲ ਮਾਸਟਰ ਬੂਟਾ ਸਿੰਘ ਜੀ ਨਾਲ, ਆਂਟੀ ਜੀ ਨਾਲ, ਤਾਂ ਉਹਨਾਂ ਦਾ ਇੱਕ ਹੀ ਸੁਨੇਹਾ, ਉਹ ਸਿਰਫ ਇਹੀ ਗੱਲ ਕਹਿੰਦੇ ਆ ਕਿ ਅਸੀਂ ਤਾਂ ਮੌਤ ਦੇ ਮੂੰਹ 'ਚੋਂ ਨਿਕਲ ਆਏ, ਜਿਵੇਂ ਮਰਜ਼ੀ ਨਿਕਲ ਆਏ, ਪਰ ਬਾਕੀ ਪੰਜਾਬੀ ਰਾਤ ਦੇ ਸਫ਼ਰ ਤੋਂ ਗੁਰੇਜ਼ ਕਰੋ। ਨਾਲ ਹੀ ਉਹਨਾਂ ਨੇ ਇਹ ਵੀ ਇੱਕ ਗੱਲ ਵੱਡੀ ਗੱਲ ਆਖੀ ਹੈ ਕਿ ਕਿਉਂ ਨਹੀਂ ਸਾਡੀਆਂ ਸਰਕਾਰਾਂ ਸਾਡੇ ਦੋਨੇ ਏਅਰਪੋਰਟਾਂ ਵੱਲ ਧਿਆਨ ਦਿੰਦੀਆਂ, ਤਾਂ ਕਿ ਸਾਨੂੰ ਦਿੱਲੀ ਵੱਲ ਨੂੰ ਰੋਕੀ ਨਾ ਕਰਨਾ ਪਵੇ, ਸਾਨੂੰ ਇੱਥੋਂ ਫਲਾਈਟਾਂ ਮਿਲਣ, ਸਾਡੇ ਪੰਜਾਬ ਦੇ ਲੋਕਾਂ ਦੀ ਕਮਾਈ ਵਧੇ, ਅਤੇ ਸਾਡਾ ਆਪਦਾ ਜਿਹੜਾ ਟੈਕਸ ਆਪਦੇ ਕੋਲ ਰਹੇ। ਅਤੇ ਤੀਜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਰਿਆਣਾ ਸਰਕਾਰ ਜਿਹੜੀ ਸਾਡੇ ਤੋਂ ਇੰਨਾ ਰੈਵਨਿਊ ਲੈ ਜਾਂਦੀ ਹੈ, ਸਾਰੀ ਸੜਕ ਦੇ ਉੱਪਰ ਕਿਤੇ ਵੀ ਇੱਕ ਸੁਰੱਖਿਆ ਫੋਰਸ ਨਹੀਂ ਸੀ, ਅਸੀਂ ਜੋ ਹਾਲਾਤ ਹੰਢਾ ਕੇ ਆਏ ਹਾਂ, ਕੋਈ ਹੋਰ ਪੰਜਾਬੀ ਨਾ ਹੰਢਾਵੇ, ਮਕਸਦ ਇਸ ਪੋਸਟ ਪਾਉਣ ਦਾ, ਇਹ ਸਾਰੀ ਗੱਲਬਾਤ ਕਰਨ ਦਾ, ਇਹਨਾਂ ਦਾ ਇਹੀ ਹੈ ਕਿ ਜੋ ਸਾਡੇ ਨਾਲ ਬੀਤੀ ਹੈ, ਸਾਡੇ ਬੱਚੇ ਦਾ ਵੀ ਮਕਸਦ ਇਹੀ ਹੈ ਕਿ ਉਹ ਕਿਸੇ ਹੋਰ ਨਾਲ ਬੀਤੇ। ਹਰ ਰੋਜ਼ 6000 ਗੱਡੀ ਜਿਹੜੀ ਆ ਉਹ ਜਾਂਦੀ ਹੈ, ਤਾਂ ਉਹ ਕਿਸੇ ਨਾਲ ਵੀ ਇਹ ਅਣਹੋਣੀ ਘਟਨਾ ਨਾ ਵਾਪਰੇ। ਇਸੇ ਲਈ ਇਹ ਅੱਜ ਦੀ ਇੰਟਰਵਿਊ ਸੀ, ਇਸੇ ਲਈ ਉਹਨਾਂ ਦੀ ਪਾਈ ਪੋਸਟ ਸੀ, ਇਸੇ ਲਈ ਉਹ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਔਰ ਰੌਲਾ ਹੋਕਾ ਪੰਜਾਬੀਆਂ ਨੂੰ ਬਚਾਉਣ ਲਈ ਪਾ ਰਹੇ ਆ ਜੀ। ਅਤੇ ਦੋਸਤੋ ਬੜੀ ਹੀ ਹੋਰੀਬਲ ਸਟੋਰੀ ਸੀ, ਬਾਬਾ ਜੀ ਅਤੇ ਬੇਬੇ ਜੀ ਕਿਸ ਤਰ੍ਹਾਂ ਬਚੇ ਨੇ। ਅਤੇ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦਾ ਕਿ ਜਦੋਂ ਆਪਾਂ ਵੋਟ ਦਿੰਦੇ ਹਾਂ, ਤਾਂ ਆਪਾਂ ਕਿਸੇ ਵੀ ਕੈਂਡੀਡੇਟ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਤੂੰ ਸਾਨੂੰ ਸੇਫਟੀ ਦੇਵੇਂਗਾ, ਸਾਨੂੰ ਸਿਕਿਉਰਟੀ ਦੇਵੇਂਗਾ ਕਿ ਨਹੀਂ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਕੋਈ ਸਿਕਿਉਰਟੀ ਦੇਵੇਂਗਾ ਕਿ ਨਹੀਂ। ਬਾਬਾ ਜੀ ਕਹਿ ਰਹੇ ਨੇ ਕਿ 6000 ਗੱਡੀ ਪੰਜਾਬ ਤੋਂ ਦਿੱਲੀ ਵੱਲ ਨੂੰ ਜਾਂਦੀ ਹੈ, ਅਤੇ ਉੱਥੇ ਇੱਕ ਚੈੱਕ ਪੋਸਟ ਵੀ ਨਹੀਂ ਹੈ। ਬਿਲਕੁਲ ਸੇਮ ਇਹ ਸਾਡੇ ਵੀ ਇੱਧਰ ਨੇ ਕਿ ਜਦੋਂ ਸਾਡੇ ਪਿਆਰੇ ਦੂਸਰੇ ਮੁਲਕਾਂ ਦੇ ਵਿੱਚੋਂ ਕਰਾਚੀ ਏਅਰਪੋਰਟ 'ਤੇ ਉਤਰਦੇ ਨੇ, ਅਤੇ ਉਹਨਾਂ ਨੂੰ ਰਾਹ 'ਚ ਆਉਂਦਿਆਂ ਲੁੱਟ ਲਿਆ ਜਾਂਦਾ, ਉਹਨਾਂ ਨੂੰ ਰਾਹ 'ਚ ਆਉਂਦਿਆਂ ਉਹਨਾਂ ਦੇ ਨਾਲ ਤਸ਼ੱਦਦ ਕੀਤਾ ਜਾਂਦਾ। ਇਸੇ ਤਰ੍ਹਾਂ ਚੜ੍ਹਦੇ ਪੰਜਾਬ ਦੇ ਵਿੱਚ ਦੇਖੋ, ਹਰ ਪਾਸੇ ਪੰਜਾਬੀਆਂ ਦੇ ਨਾਲ ਹੀ ਨੁਕਸਾਨ ਹੈ। ਫਿਰ ਪੰਜਾਬ ਕਿਤਨਾ ਬੜਾ ਰੈਵਨਿਊ ਦਿੰਦਾ, ਕਿਤਨਾ ਬੜਾ ਰੈਵਨਿਊ ਦਿੰਦਾ ਰਿਆਸਤ ਨੂੰ, ਕਿਤਨਾ ਬੜਾ ਰੈਵਨਿਊ ਦਿੰਦਾ ਗੌਰਮੈਂਟ ਨੂੰ, ਸੈਂਟਰ ਨੂੰ, ਅਤੇ ਉਹਨਾਂ ਨੂੰ ਚਾਹੀਦਾ। ਦੂਸਰਾ ਇਹ ਕਿ ਪੰਜਾਬੀਆਂ ਨੂੰ ਵੀ ਇਹ ਚਾਹੀਦਾ ਕਿ ਉਹ ਤਹਿਰੀਕ ਚਲਾਉਣ ਕਿ ਜੀ ਸਾਡੇ ਅੰਮ੍ਰਿਤਸਰ ਅਤੇ ਸਾਡੇ ਮੋਹਾਲੀ ਦੇ ਏਅਰਪੋਰਟ ਨੂੰ ਰੀਕੰਸਟਰਕਟ ਕੀਤਾ ਜਾਵੇ, ਉਹਨਾਂ ਨੂੰ ਦੁਬਾਰਾ ਅੱਛੇ ਤਰੀਕੇ ਨਾਲ ਬਹਾਲ ਕੀਤਾ ਜਾਵੇ, ਤਾਂ ਕਿ ਸਾਡੀਆਂ ਜਿਹੜੀਆਂ ਡਾਇਰੈਕਟ ਬੈਨ ਅਲਕਵਾਮੀ ਇੰਟਰਨੈਸ਼ਨਲ ਫਲਾਈਟਾਂ ਨੇ ਇੱਥੇ ਉਤਰਨ, ਅਤੇ ਇੱਥੋਂ ਸਾਡਾ ਜਿਹੜਾ ਪਿੰਡ ਆ ਉਹ ਵੀ ਘਟੇ, ਅਤੇ ਸਾਡੇ ਜਿਹੜੇ ਪੰਜਾਬ ਦੀ ਤਰੱਕੀ ਵੀ ਹੋਵੇ, ਅਤੇ ਪੰਜਾਬ ਦੇ ਜਿਹੜੇ ਢਾਬੇ ਨੇ, ਪੰਜਾਬ ਦੇ ਜਿਹੜੇ ਲੋਕ ਨੇ, ਉਹਨਾਂ ਦਾ ਵੀ ਰੋਜ਼ਗਾਰ ਚੱਲੇ। ਲੇਕਿਨ ਅੰਦਰੋਂ ਦੋਗਲੀ ਸੈਂਟਰ, ਅਗਲੋ ਅੰਦਰੋਂ ਦੋਗਲੀ ਗੌਰਮੈਂਟ ਇਹ ਚਾਹੁੰਦੀ ਨਹੀਂ ਹੈ ਕਿ ਪੰਜਾਬ ਤਰੱਕੀ ਕਰੇ। ਪੰਜਾਬ ਨੂੰ ਕਿਤੇ ਕਿਸਾਨਾਂ ਨੂੰ ਦੱਬਿਆ ਜਾ ਰਿਹਾ, ਕਿਤੇ ਇਹਨਾਂ ਦੀ ਜਿਨਸ ਦਾ ਰੇਟ ਘਟਾਇਆ ਜਾ ਰਿਹਾ, ਕਿਤੇ ਇਹਨਾਂ ਨੂੰ ਰਾਸਤੇ ਦੇ ਵਿੱਚ ਲੁੱਟ ਲਿਆ ਜਾ ਰਿਹਾ। ਮੈਂ ਤਾਂ ਇਹ ਕਹਿੰਦਾ ਕਿ ਪੁੱਛ ਗੱਛ ਕਰਨੀ ਚਾਹੀਦੀ ਹੈ ਉਸ ਹੋਟਲ ਵਾਲੇ ਨੂੰ ਵੀ, ਜਿਸ ਹੋਟਲ 'ਤੇ ਉਹ ਬੰਦੇ ਇਹਨਾਂ ਦੇ ਮਗਰ ਲੱਗੇ, ਕਿਉਂਕਿ ਅਗਰ CCTV ਕੈਮਰੇ 'ਚ ਦੇਖਿਆ ਜਾਵੇ ਅਤੇ ਉਹ ਉੱਥੋਂ ਸਾਰਾ ਉਹਨਾਂ ਦਾ ਨਜ਼ਰ ਆ ਸਕਦਾ, ਜਿਵੇਂ ਜਿਵੇਂ ਉਹ ਇਹਨਾਂ ਦੇ ਮਗਰ ਲੱਗੇ ਨੇ, ਉਹ ਜਿਹੜੇ ਜਿਹੜੇ ਲੋਕ ਸੀ ਉਹ ਸਾਰੇ ਫੜੇ ਵੀ ਜਾ ਸਕਦੇ ਨੇ।
ਲੇਕਿਨ ਇਹ ਸਟੈਪ ਨਹੀਂ ਕਰਨਾ, ਸਿਰਫ ਰੈਵਨਿਊ ਇਕੱਠਾ ਕਰਨਾ ਪੰਜਾਬ ਕੋਲੋਂ। ਅਤੇ ਇੱਕ ਵੀ ਚੈੱਕ ਪੋਸਟ ਨਾ ਹੋਣ ਦਾ ਮਤਲਬ ਇਹ ਵੇ ਕਿ ਟੋਟਲੀ ਤੁਸੀਂ ਇਨਸਿਕਿਓਰ ਹੋ। ਜਦੋਂ ਵੀ ਤੁਸੀਂ ਬਾਹਰ ਨਿਕਲਦੇ ਹੋ ਤਾਂ ਆਪਣੇ ਅਤੇ ਆਪਣੇ ਰੱਬ 'ਤੇ ਤਵੱਕਲ ਕਰਕੇ ਨਿਕਲਦੇ ਹੋ, ਅਤੇ ਫਿਰ ਗੌਰਮੈਂਟ ਇੱਥੇ ਕੀ ਕਿਰਦਾਰ ਅਦਾ ਕਰਦੀ ਹੈ ਦੋਸਤੋ? ਬਹੁਤ ਸਾਰੀਆਂ ਐਸੀਆਂ ਘਟਨਾ, ਐਸੀਆਂ ਮੁਸੀਬਤਾਂ ਪਹਿਲੇ ਵੀ ਹੁੰਦੀਆਂ ਰਹੀਆਂ, ਲੇਕਿਨ ਬਾਬਾ ਜੀ ਨੇ ਬੜਾ ਬੋਲਡ ਸਟੈਪ ਲਿਆ ਦੋਸਤੋ, ਕਿ ਇਹਨਾਂ ਨੇ ਕਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਆਣ ਕੇ ਲੋਕਾਂ ਨੂੰ ਦੱਸਿਆ, ਆਉਣ ਵਾਲੇ ਪੰਜਾਬੀ ਲੋਕਾਂ ਨੂੰ ਦੱਸਿਆ ਕਿ ਜਦੋਂ ਵੀ ਤੁਸੀਂ ਆਉਣਾ ਤਾਂ ਪੋਸਟਾਂ ਨਾ ਪਾਇਆ ਕਰੋ ਕਿ ਜੀ ਅਸੀਂ ਆ ਰਹੇ ਹਾਂ, ਅਸੀਂ ਜਾ ਰਹੇ ਹਾਂ, ਅਤੇ ਅਸੀਂ ਇਸ ਤਰ੍ਹਾਂ ਅਤੇ ਅਸੀਂ ਉਸ ਤਰ੍ਹਾਂ, ਇਸੇ ਤਰ੍ਹਾਂ, ਕਿਉਂਕਿ ਸੋਸ਼ਲ ਮੀਡੀਆ ਦੇ ਰਾਹੀਂ ਲੋਕ ਤੁਹਾਡੇ ਮਗਰ ਲੱਗ ਜਾਂਦੇ ਨੇ। ਅਤੇ ਪੰਜਾਬ ਦੀ ਅਗਰ ਤਰੱਕੀ ਚਾਹੁੰਦੇ ਨੇ ਗੌਰਮੈਂਟ, ਚਾਹੇ ਉਹ ਪਾਕਿਸਤਾਨ ਦੀ ਚਾਹੇ ਉਹ ਇੰਡੀਆ ਦੀ ਹੈ, ਅਤੇ ਇੱਥੋਂ ਦਾ ਨਿਜ਼ਾਮ ਮਜ਼ਬੂਤ ਕਰਨਾ ਚਾਹੀਦਾ, ਸਿਕਿਉਰਟੀ ਮਜ਼ਬੂਤ ਕਰਨੀ ਚਾਹੀਦੀ ਹੈ। ਹੁਣ ਐਂਡ 'ਤੇ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਜਦੋਂ ਵੀ ਸਿੱਖ ਦੋਸਤ ਇੰਡੀਆ 'ਚੋਂ ਪਾਕਿਸਤਾਨ 'ਚ ਆਉਂਦੇ ਨੇ, ਯਕੀਨ ਕਰੋ ਉਹਨਾਂ ਨੂੰ ਬੁਲਟ ਪਰੂਫ ਸਕਿਉਰਟੀ ਦਿੱਤੀ ਜਾਂਦੀ ਹੈ, ਉਹਨਾਂ ਨੂੰ ਬੜੀ ਪਿਆਰੀ ਸਕਿਉਰਟੀ ਅਤੇ ਬੜੀ ਟਾਈਟ ਸਕਿਉਰਟੀ ਦਿੱਤੀ ਜਾਂਦੀ ਹੈ। ਅਤੇ ਇੰਡੀਅਨ ਗੌਰਮੈਂਟ ਨੂੰ ਵੀ ਚਾਹੀਦਾ ਕਿ ਉੱਥੋਂ ਦੇ ਸਿੱਖ ਭਰਾ, ਉੱਥੋਂ ਦੇ ਪੰਜਾਬੀ ਭਰਾ ਸਾਰਿਆਂ ਨੂੰ ਸਕਿਉਰਟੀ ਦੇਵੇ। ਵੀਡੀਓ ਬਹੁਤ ਹੀ ਜ਼ਿਆਦਾ ਹੋਰੀਬਲ ਸੀ ਅਤੇ ਸੈਡ ਕਰਨ ਵਾਲੀ ਸੀ। ਮਿਲਦੇ ਹਾਂ ਨਵੀਂ ਵੀਡੀਓ ਨਾਲ, ਆਪਣਾ ਖਿਆਲ ਰੱਖਿਆ ਜੇ, ਅੱਲਾ।